ਅੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮੇਰੀ ਸ਼ਾਹ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਰਵਰਨ ਸਿੰਘ ਟਾਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਤਜਲਾ ਵਿਚਾਰ ਲੈ ਕੇ ਹਾਜ਼ਰ ਹੋ ਚੁੱਕੇ ਆ ਤੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਹੀ ਮੈਡ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਹੱਥ ਚੁੱਕੋ ਤੁਹਾਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਠੀਕ ਠਾਕ ਹਾਂ ਬਿਲਕੁਲ ਠੀਕ ਆਰਤਾ ਬਦਲੋ ਜਹਾਨ ਬਦਲੂਗਾ ਸੋਚ ਬਦਲੋ ਸਾਰਾ ਹਮਾਤਾ ਮੇਰੀਆਂ ਆਦਤਾਂ ਤੇ ਆ ਕੇ ਟਿਕ ਗਿਆ ਇਕੱਲੇ ਇਕੱਲੇ ਬੰਦੇ ਦੇ ਉੱਤੇ ਦੇਸ਼ ਦੀ ਆਰਥਿਕਤਾ ਦੇਸ਼ ਦਾ ਸੱਭਿਆਚਾਰ ਦੇਸ਼ ਦੀ ਵਿਵਸਥਾ ਸਾਰਾ ਕੁਝ ਨਿਰਪਰ ਕਰਦਾ ਸਾਡੀਆਂ ਕਦਰਾਂ ਕੀਮਤਾਂ ਇਕੱਲੇ ਇਕੱਲੇ ਬੰਦੇ ਦੀਆਂ ਐਸੀਆਂ ਹੋਣੀਆਂ ਚਾਹੀਦੀਆਂ ਵੀ ਪੁੱਛੋ ਕੁਛ ਨਾ ਸਰਕਾਰ ਤੇ ਕੀ ਨਿਰਪਰ ਕਰਦਾ ਸਰਕਾਰ ਤੇ ਕੀ ਕਰਦਾ ਨਿਰਪਰ ਨਹੀਂ ਕੀ ਕਰਦਾ ਸਰਕਾਰ ਤੇ ਚਿੜੀ ਉੱਡ ਕਾਉਂਟ ਟੋਡ ਮੋਰ ਉੱਡ ਮੋਰ ਉੱਡ ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮੋਰ ਨੂੰ ਖਾਣਾ ਖਵਾਇਆ ਚੋਗਾ ਪਾਇਆ ਦਾਣਾ ਪਾਇਆ ਜੀ ਜੀ ਤੇ ਲੋਕਾਂ ਨੇ ਇਹ ਗੱਲ ਕਹੀ ਆ ਵੀ ਭਾਈ ਦੇਸ਼ ਦੀ ਜੀਡੀਪੀ ਕਿੱਥੋਂ ਕਿੱਥੇ ਪਹੁੰਚ ਗਈ ਆ ਤੇ ਮੋਦੀ ਸਾਹਿਬ ਕਹਿ ਰਹੇ ਮੋਰਡ ਚਿੜੀਉਡ ਕਾਉਡ ਚਲੋ ਕੋਈ ਗੱਲ ਨਹੀਂ ਆਪਣਾ ਕੰਮ ਕਰ ਰਹੇ ਨੇ ਲੋਕ ਵਿਚਾਰੇ ਆਪਣੀ ਮਿਹਨਤ ਬਿਸ਼ੱਕਤ ਕਰਕੇ ਜ਼ਿੰਦਗੀ ਅੱਗੇ ਵਧਾ ਰਹੇ ਨੇ ਹੋਰ ਸਨੋਟਾਣਾ ਸਭ ਕੀ ਹਾਲ ਚਾਲ ਹੈ ਮੈਂ ਬਿਲਕੁਲ ਠੀਕ ਆ ਚੜ੍ਹਦੀ ਕਲਾ ਚਾਲ ਚੱਲ ਰਹੀ ਜ਼ਿੰਦਗੀ ਕਿਵੇਂ ਚੱਲ ਰਹੀ ਮੇਰੀ ਜ਼ਿੰਦਗੀ ਠੀਕ ਆ ਤੁਹਾਡੇ ਸਾਹਮਣੇ ਆ ਪੂਰੀ ਰਫ਼ਤਾਰ ਨਾਲ ਹਾਂ ਹਾਂ ਬਿਲਕੁਲ ਦੌੜ ਰਹੀ ਹੈ ਭੱਜ ਰਹੀ ਹੈ ਬਿਲਕੁਲ oh my god ਯਾ ਤੇ ਮੌਸਮ ਕਿਵੇਂ ਤੁਹਾਡੇ ਵਾਲੇ ਬਨੇ ਮੌਸਮ ਇਜ਼ ਆਸਮ ਹੈਂ ਜੀ ਯੈਸ ਕਿਵੇਂ ਹਾਓ ਦੇਖੋ ਉਹ ਕਾਰਨ ਇਹਦਾ ਇਹ ਆ ਮੇਰੀ ਇਨੇਕ ਚ ਮੁੱਕ ਗਈ ਆ ਤੁਸੀਂ ਗਾਂ ਸ਼ੁਰੂ ਨਾ ਹੋ ਜਿਓ ਹਾਓ ਹੁਣ ਮੈਂ ਕੀ ਕਹਾਂ ਹੁਣ ਦੱਸੋ ਪੰਜਾਬੀ ਚ ਵੀ ਕਿਵੇਂ ਉਹ ਅਸਲ ਦੇ ਵਿੱਚ ਇਸ ਤਰੀਕੇ ਨਾਲ ਆ ਵੀ ਬਾਹਰ ਹੋਈ ਪਈ ਬਦਲੀ ਜੀ ਹਾਂਜੀ ਤੇ ਮੀਂਹ ਮੌਸਮ ਵਿਭਾਗ ਕਹਿੰਦਾ ਵੀ 24 ਘੰਟਿਆਂ ਦੇ ਵਿੱਚ ਫਿਰ ਕਈ ਥਾਵਾਂ ਤੇ ਪੈਣ ਦੀ ਸੰਭਾਵਨਾ ਜੀ ਤੇ ਰਾਤ ਦੇ ਬੜੇ ਮੌਸਮ ਨੇ ਨਾ ਕਰਵਟ ਬਦਲ ਲਈ ਆ ਹੁਣ ਪੰਜ ਦੇ ਉੱਤੇ ਜੇ ਤੁਸੀਂ ਪੱਖਾ ਛੱਡਿਆ ਹੋਵੇ ਅੱਧੀ ਰਾਤ ਨੂੰ ਉੱਠ ਕੇ ਤਿੰਨ ਤੇ ਕਰਨਾ ਪੈਂਦਾ ਨਹੀਂ ਸਾਡੇ ਵਾਲਾ ਪੱਖਾ ਦਾ ਚਾਰ ਤਾਂ ਹੀ ਹੁੰਦਾ ਵੈਸੇ ਤੁਹਾਡਾ ਪਾਈ ਤਾਂ ਨਹੀਂ ਹੁੰਦਾ ਗਰੀਬ ਲੋਕ ਸਾਡੇ ਵਾਲੇ ਪੱਕੇ ਤੇ 5 ਨੰਬਰ ਹੈ ਨਹੀਂ ਇਹ ਲੋਕ ਮੈਨੂੰ ਨਾਲਾ ਕੰਪਨੀ ਦੇ ਧੋਖਾ ਕੀਤਾ ਸਾਡੇ ਨਾਲ ਨਾ ਨਾ 5 ਤੱਕ ਹੁੰਦਾ ਹੁੰਦਾ ਤੜੇ ਬਿਜਲੀ ਵਾਲੀ ਦੁਕਾਨ ਤੇ ਜਾ ਕੇ ਪੁੱਛਿਓ ਉਹਨੂੰ ਕਹੋ ਜੀ ਮੈਂ ਉਹ ਜਿਹੜਾ ਰੈਗੂਲੇਟਰ ਬਰੋਡ ਦਾ ਵਾਲਾ ਹੁੰਦਾ ਉਹ ਲੈਣਾ ਜੇ 5 ਤੱਕ ਨਾ ਹੋਇਆ ਮੇਰਾ ਨਾਮ ਬਦਲ ਦਿਓ ਟੈਣਾ ਸਾਹਿਬ ਸਾਡੇ ਤਾਂ 4 ਤੱਕ ਹੀ ਹੈ ਤੁਹਾਡਾ 3 ਤੱਕ ਰਹਿ ਜੇ ਉਹਦੇ ਨਾਲ ਸਾਰੇ ਸੰਸਾਰ ਨਾਲ ਕੋਈ ਸੰਬੰਧ ਨਹੀਂ ਅੱਛਾ ਪਤਾ ਨਹੀਂ ਧੋਖਾ ਹੀ ਹੋ ਗਿਆ ਫਿਰ ਮੇਨਾਂ ਦਾ ਇੱਥੇ ਵੀ ਮੈਂ ਲੁੱਟੀ ਗਈ ਮੇਰੇ ਪੈਸੇ ਜਿਹੜੇ ਕੂ ਖਾਤੇ ਪੈ ਗਏ ਨੇ ਵੀ ਮੈਂ 5 ਦੀ ਥਾਂ 4 ਵਾਲਾ ਰੈ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਤੁਸੀਂ ਪੂਰਾ ਗਿਆਨ ਸਭ ਤੋਂ ਵੱਡੀ ਮੁਸੀਬਤ ਨਹੀਂ ਕੋਈ ਗੱਲ ਨਹੀਂ ਮੈਂ 4 ਤੇ ਕਰਕੇ ਮੁੜ ਕੇ ਹੱਥ ਨਾਲ ਢੇੜਾ ਦੇ ਲਿਆ ਕਰੂੰਗੀ 5 ਤੇ ਵਜੇ ਤੇ ਬਾਕੀ ਚਾਹੀਦਾ ਵਿਚਾਰ ਵੀ ਪੇਸ਼ ਕਰੋ ਦੇਖੋ ਬਈ ਚਾਹ ਜਨਾ ਵਿਚਾਰ ਬੜਾ ਸਿੱਧਾ ਤੇ ਸਰਲ ਜਾ ਕਿਤਾਬ ਦੋਸਤ ਸੋਚ ਤੇ ਰਾਹ ਜੇਕਰ ਸਹੀ ਚੁਣ ਲੈ ਜਾਣ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਗੁੰਮਰਾਹ ਨਹੀਂ ਹੁੰਦੇ ਇੱਕ ਵਾਰ ਦੁਬਾਰਾ ਕਿਤਾਬ ਦੋਸਤ ਸੋਚ ਤੇ ਰਾਹ ਜੇਕਰ ਤੁਸੀਂ ਸਹੀ ਚੋਣ ਨਵੇਂ ਜ਼ਿੰਦਗੀ ਦੇ ਵਿੱਚ ਤਾਂ ਕਦੇ ਵੀ ਗੁਮਰਾਹ ਨਹੀਂ ਹੁੰਦੇ ਹਮ ਕਿਤਾਬਾਂ ਉਹ ਸਹੇਲੀਆਂ ਹਨ ਕਿਤਾਬਾਂ ਉਹ ਦੋਸਤ ਹਨ ਜਿਹੜੀਆਂ ਜ਼ਿੰਦਗੀ ਦੇ ਵਿੱਚ ਕਦੇ ਵੀ ਬੇਵਫਾਈ ਨਹੀਂ ਕਰਦੀਆਂ ਵਾਹ ਕੀ ਬਾਤ ਹੈ ਮੁੰਡੇ ਕੁੜੀਆਂ ਨੂੰ ਦੋਸਤ ਬਣਾ ਲੈਂਦੇ ਆ ਕੁੜੀਆਂ ਮੁੰਡਿਆਂ ਨੂੰ ਦੋਸਤ ਬਣਾ ਲੈਂਦੀਆਂ ਫਿਰ ਬਾਅਦ ਦੇ ਵਿੱਚ ਸਾਲ ਡੇਢ ਸਾਲ 2 ਸਾਲ ਬਾਅਦ ਕੋਈ ਨਾ ਕੋਈ ਕਾਰਨ ਬਣ ਕੇ ਤੜਕ ਹੋ ਜਾਂਦੀ ਆ ਫਿਰ ਕੜੀਆਂ ਸਾਡੇ ਇੱਥੇ ਛੁਰੀਆਂ ਵੱਜੀਆਂ ਹਾਂ ਮੈਂ ਵਿੰਨੀ ਗਈ ਮੈਂ ਵਿੰਨਿਆ ਗਿਆ ਹਾਂ ਮੈਂ ਲੁੱਟਿਆ ਗਿਆ ਮੈਂ ਲੁੱਟੀ ਗਈ ਇਹਦੇ ਨਾਲੋਂ ਚੰਗੀ ਗੱਲ ਇਹ ਆ ਵੀ ਕਿਤਾਬਾਂ ਨੂੰ ਬਣਾ ਲਓ ਸਹੇਲੀਆਂ ਤੇ ਗੱਲ ਪਾਰ ਤਣਾ ਸਾਬਾ ਕਿਤਾਬਾਂ ਵਾਲੀ ਗੱਲ ਚੰਗੀ ਛੇੜੀ ਤੁਸੀਂ ਅਕਸਰ ਆਪਣੇ ਜਿਹੜੇ ਪਰਿਵਾਰਕ ਜੀ ਨੇ ਉਹ ਪੁੱਛਦੇ ਰਹਿੰਦੇ ਨੇ ਕਿ ਮੈਂ ਪੜਨਾ ਸ਼ੁਰੂ ਕਰਨਾ ਹੈ ਕਿਹੜੀ ਕਿਤਾਬ ਮੈਨੂੰ ਪੜ੍ਹਨੀ ਚਾਹੀਦੀ ਹੈ ਤੇ ਮੈਂ ਚਾਹਨੀ ਅੱਜ ਦੋ ਚਾਰ ਕਿਤਾਬਾਂ ਦੇ ਨਾਮ ਜ਼ਰੂਰ ਦੱਸ ਦਿਆਂ ਬਿਲਕੁਲ ਜੀ ਸਾਰੇ ਜਿਹੜੇ ਦਰਸ਼ਕਾ ਉਹ ਮੈਨੂੰ ਪੁੱਛਦੇ ਵੀ ਆ ਸਾਨੂੰ ਪੁੱਛਦੇ ਆ ਜੀ ਬਲਵੰਤ ਗਾਰਗੀ ਦੀਆਂ ਕਿਤਾਬਾਂ ਦਾ ਮੈਂ ਬਹੁਤ ਵੱਡਾ ਆਸ਼ਕ ਆ ਮੈਂ ਬਲਵੰਤ ਗਾਰਗੀ ਦੀ ਹਰ ਕਿਤਾਬ ਪੜੀ ਹੋਈ ਆ ਸੋ ਬਲਵੰਤ ਗਾਰਗੀ ਦੀ ਤੁਹਾਨੂੰ ਜਿੱਥੇ ਵੀ ਤੇ ਜਿਹੜੀ ਵੀ ਕਿਤਾਬ ਮਿਲਦੀ ਆ ਉਹ ਸੰਭਾਲ ਵੀ ਲਓ ਤੇ ਪੜ੍ਹ ਵੀ ਲਓ ਮੈਨੂੰ ਚੰਗੀ ਲੱਗਦੀ ਹੈ ਜ਼ ਵਾ ਦਲੀਪ ਕੌਰ ਟਿਵਾਣਾ ਦੀਆਂ ਕਿਤਾਬਾਂ ਪੜ ਲਵੋ ਇਸ ਤੋਂ ਇਲਾਵਾ ਜੇ ਤੁਸੀਂ ਚਾਹੁੰਦੇ ਵੀ ਕਹਾਣੀਆਂ ਪੜਨੀਆਂ ਮੈਨੂੰ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਉਹ ਵੀ ਕਿਤਾਬ ਪੜ ਲਵੋ ਤੇ ਇੱਕ ਵੀਨਾ ਵਰਮਾ ਦੀ ਕਿਤਾਬ ਆ ਮਰਿਆ ਚੂਹਾ ਉਹਦੇ ਵਿੱਚ ਬਹੁਤ ਬੇਬਾਕੀ ਦੇ ਨਾਲ ਉਹਨੇ ਸਭ ਕੁਝ ਲਿਖਿਆ ਉਹ ਵੀ ਪੜ ਲਓ ਜੀ ਤੇ ਇਸ ਤੋਂ ਇਲਾਵਾ ਲਾਲ ਬੱਤੀ ਜ਼ਰੂਰ ਹਰੇਕ ਨੂੰ ਇਹ ਕਿਤਾਬ ਪੜਨੀ ਚਾਹੀਦੀ ਹੈ ਕਥਾ ਕਹੋ ਉਰਵਸ਼ੀ ਜ਼ਰੂਰ ਪੜਨੀ ਚਾਹੀਦੀ ਹੈ ਤਿੱਲੀ ਦਾ ਨਿਸ਼ਾਨ ਜ਼ਰੂਰ ਪੜਨੀ ਚਾਹੀਦੀ ਹੈ ਇਹ ਕੁਝ ਕੁ ਕਿਤਾਬਾਂ ਨੇ ਜਿਹੜੀਆਂ ਹਰੇਕ ਬੰਦੇ ਨੂੰ ਜ਼ਰੂਰ ਪੜਨੀਆਂ ਚਾਹੀਦੀਆਂ ਨੇ ਵੈਸੇ ਪੜਦਿਆਂ ਤਾਂ ਬਹੁਤ ਸਾਰੇ ਹੋ ਕਰਾਨਾ ਚਾਹੀਦਾ ਗਾ ਜਸਵੰਤ ਸਿੰਘ ਤਮਲ ਦਾ ਸਾਰਾ ਸਾਹਿਤ ਬਹੁਤ ਕਮਾਲ ਦਾ ਜੇ ਅਸੀਂ ਗੱਲ ਕਰਦੇ ਆ ਗੁਰਦਿਆਲ ਸਿੰਘ ਹੋਰਾਂ ਦਾ ਉਹਨਾਂ ਦਾ ਸਾਹਿਤ ਸਾਰਾ ਕਮਾਲ ਦਾ ਬਾਕੀ ਵੀ ਸਾਰੇ ਬਹੁਤ ਕਮਾਲ ਦੇ ਪਰ ਮੈਨੂੰ ਜ਼ਾਤੀ ਤੌਰ ਦੇ ਉੱਤੇ ਬਲਵੰਤ ਗਾਰਗੀ ਦੀ ਕੱਲੀ ਕੱਲੀ ਕਿਤਾਬ ਚੰਗੀ ਲੱਗਦੀ ਵਾਹ ਕੀ ਬਾਤ ਹੈ ਸੋ ਹੁਣ ਮੇਰੇ ਵਾਲੇ ਚਾਹੀਦੇ ਵਿਚਾਰ ਦੇ ਉੱਪਰ ਆਈਏ ਕਹਿੰਦੇ ਕਿ ਜ਼ਰੂਰੀ ਨਹੀਂ ਕਿ ਚਿੱਟੇ ਵਾਲੀ ਸਿਆਣਪ ਦੀ ਨਿਸ਼ਾਨੀ ਹੁੰਦੇ ਨੇ ਬਿਲਕੁਲ ਜੀ ਜ਼ਰੂਰੀ ਨਹੀਂ ਕਿ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਹੋਣ ਹੁਣ ਤਾਂ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਜਿਹੜੇ ਇਹ ਵਾਲਾ ਭਾਈ ਮੈਂ ਧੁੱਪ 'ਚ ਬੈਠ ਕੇ ਚਟੇ ਨਹੀਂ ਕੀ ਰਬੇ ਨਾਲ ਗੱਲਾਂ ਹੁੰਦੀਆਂ ਇਹ ਅਸਲੀ ਗੱਲ ਹੈ ਵੈਸੇ ਕਹਿੰਦੇ ਜ਼ਰੂਰੀ ਨਹੀਂ ਕਿ ਜਿਹੜੇ ਚਿੱਟੇ ਬਾੜ ਨੇ ਉਹੀ ਸਿਆਣਪ ਦੀ ਨਿਸ਼ਾਨੀ ਹੋਣ ਜਦੋਂ ਜ਼ਿੰਦਗੀ ਸੂਈ ਦੇ ਨੱਕੇ ਵਿੱਚੋਂ ਦੀ ਕੱਢਦੀ ਹੈ ਤੁਹਾਨੂੰ ਜਦੋਂ ਠੇਡੇ ਠੋਕਰਾਂ ਤੁਹਾਨੂੰ ਪੈਂਦੀਆਂ ਨੇ ਤੇ ਫਿਰ ਕਾਲੇ ਵਾਲਾ ਵਾਲੇ ਵੀ ਸਿਆਣੇ ਹੋ ਜਾਂਦੇ ਬਹੁਤ ਖੂਬ ਬਹੁਤ ਚੰਗੀ ਗੱਲ ਹੈ ਜੇਕਰ ਮੰਨੀ ਜਾਵੇ ਤਾਂ ਕਿਉਂਕਿ ਨਾ ਇੱਕ ਗੱਲ ਹੋਰ ਹੈ ਦੇ ਵਿੱਚ ਸਾਡੇ ਖਾਣ ਪੀਣ ਸਾਡਾ ਪਾਣੀ ਸਾਡੀ ਜੀਵਨ ਸ਼ੈਲੀ ਇਹੋ ਜਿਹੀ ਹੋ ਗਈ ਆ ਵੀ ਹੁਣ ਤਾਂ ਨਾ 10 11 ਸਾਲ ਦੇ 12 ਸਾਲ ਦੇ ਬੱਚੇ ਦੇ ਵੀ ਚਿੱਟੇ ਵਾਲ ਆਉਣ ਲੱਗ ਪਏ ਜੀ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਬਹੁਤ ਸਿਆਣਾ ਉਮਰ ਤੋਂ ਵੱਧ ਸਿਆਣਾ ਹੋ ਗਿਆ ਹੁਣ ਤਾਂ ਇਹ ਗੱਲਾਂ ਜਿਹੜੀਆਂ ਨਾ ਉਹ ਥੋੜੀਆਂ ਜਿਹੀਆਂ ਬਦਲਦੇ ਪ੍ਰਸੰਗ ਦੇ ਵਿੱਚ ਵੀ ਹੈਗੀਆਂ ਵੈਸੇ ਇਸ ਵਿਚਾਰ ਦਾ ਮਤਲਬ ਇਹ ਨਹੀਂ ਸੀ ਹਾਂ ਇਹਦਾ ਮਤਲਬ ਕੁਝ ਹੋਰ ਸਿਟਾਰਾ ਸਾਹਿਬ ਕਿ ਅੱਜ ਦੇ ਸੰਦਰਭ ਦੇ ਵਿੱਚ ਜੇ ਆਪਾਂ ਵੇਖੀਏ ਜਿਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਉਹ ਖਬਰਾਂ ਪੜ੍ਹ ਕੇ ਪੱਕੇ ਤੌਰ ਦੇ ਉੱਪਰ ਯਕੀਨ ਹੋ ਜਾਂਦਾ ਕਿ ਕਈ ਵਾਰ ਬਜ਼ੁਰਗਾਂ ਦੇ ਵੱਲੋਂ ਕਈ ਵਾਰ ਜਿਹੜੇ ਚਿੱਟੇ ਵਾਲਾਂ ਵਾਲੇ ਲੋਕ ਨੇ ਉਹਨਾਂ ਦੇ ਵੱਲੋਂ ਇਹੋ ਇਹੋ ਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਅਸੀਂ ਉਹਨਾਂ ਤੋਂ ਸੋਚ ਨਹੀਂ ਸਕਦੇ ਵੀ ਉਹ ਵੀ ਇਦਾਂ ਕਰ ਸਕਦੇ ਨੇ ਕਿਉਂਕਿ ਆਪਾਂ ਅਕਸਰ ਕਹਿੰਦੇ ਆ ਵੀ ਇਹ ਸਿਆਣਾ ਹੈ ਇਹ ਤਾਂ ਇਹਨੂੰ ਦੀਨ ਦੁਨੀਆ ਦਾ ਪਤਾ ਇਦਾਂ ਦੀ ਹਰਕਤ ਇਹ ਕਰ ਨਹੀਂ ਸਕਦਾ ਹਨਾ ਸੋ ਕਈ ਵਾਰ ਕਾਲੇ ਵਾਲਾਂ ਵਾਲਾ ਬੰਦਾ ਜਿਹੜਾ ਉਹ ਇੰਨੀ ਸਿਆਣੀ ਗੱਲ ਕਰ ਜਾਂਦਾ ਹੈ ਸੰਘਰਸ਼ੋਂ ਨੇ ਕੀਤਾ ਹੁੰਦਾ ਕਿ ਉਹਦੇ ਕੋਲ ਸਿੱਖਣ ਨੂੰ ਬਹੁਤ ਕੁਝ ਹੁੰਦਾ ਜੇਕਰ ਤੁਸੀਂ ਉਹਦੀ ਸੰਗਤ ਕਰੋ ਤਾਂ ਇਹਦਾ ਮਤਲਬ ਆ ਸੀ ਇਹਦਾ ਮਤਲਬ ਬਿਲਕੁਲ ਸਹੀ ਹੈ ਹਰਮਨ ਜੀ ਪਰ ਨਾ ਸਾਰੇ ਬਜ਼ੁਰਗ ਜਿਹੜੇ ਉਹਨਾਂ ਨੂੰ ਆਪਾਂ ਇੱਕੋ ਰਸੇ ਦੇ ਵਿੱਚ ਨਹੀਂ ਮੰਨ ਸਕਦੇ ਬਜ਼ੁਰਗਾਂ ਦੇ ਉੱਤੇ ਸਾਨੂੰ ਮਾਨਵੀ ਸਤਿਕਾਰ ਵੀ ਆ ਕੁੱਲ ਮਿਲਾ ਕੇ ਜੀ 100 ਹੱਥ ਰੱਸਾ ਸਿਰੇ ਤੇ ਗੰਡ ਇਹ ਆ ਵੀ ਭਾਈ ਕੰਮ ਇਹੋ ਜਿਹਾ ਕਦੇ ਨਹੀਂ ਕਰਨਾ ਚਾਹੀਦਾ ਵੀ ਮੂੰਹ ਕਾਲਾ ਹੋ ਜਾ ਬਿਲਕੁਲ ਸਹੀ ਹੈ ਵਾ ਤੁਹਾਡੇ ਕਾਲੇ ਆ ਜਾਂ ਕਿਵੇਂ ਆ ਪੂਰੇ ਆ ਲਾਲ ਆ ਕਟੇ ਆ ਪੀਲੇ ਆ ਕਿਵੇਂ ਵੀ ਆ ਜੀ ਹਾਂ ਹਾਂ ਪਰ ਮੂੰਹ ਕਾਲੇ ਤੋਂ ਵਿਚਾਰ ਰੱਖਣਾ ਚਾਹੀਦਾ ਬਿਲਕੁਲ ਸਹੀ ਇਹ ਗੱਡੀਆਂ ਦੇ ਮਗਰ ਲਿਖਿਆ ਚੰਗਾ ਲੱਗਦਾ ਵੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜਦੋਂ ਹੁੰਦਾ ਉਹ ਤਾਂ ਬਹੁਤ ਪੱਡਾ ਲੱਗਦਾ ਬਿਲਕੁਲ ਸਹੀ ਹਾਂ ਜੱਜ ਦਾ ਵਿਚਾਰ ਸਰ ਅੱਜਕੱਲ੍ਹ ਇਹ ਸਮਾਜਿਕ ਜਿਹੜਾ ਮੀਡੀਆ ਹੈ ਉਹਦਾ ਦੌਰ ਹੈ ਹਾਂ ਹਾਂ ਸਮਾਜਿਕ ਮੀਡੀਆ ਜੀ ਸੋਸ਼ਲ ਮੀਡੀਆ ਦਾ ਇਹਨਾਂ ਨੇ ਨਵਾਂ ਨਾਮਕਰਨ ਕੀਤਾ ਸਮਾਜਿਕ ਮੀਡੀਆ ਮੈਂ ਕਿਤੇ ਪੜਿਆ ਸੀ ਹਨਾ ਇਸ ਲਈ ਵੈਸੇ ਮੀਡੀਆ ਨੂੰ ਪੰਜਾਬੀ ਚ ਕੀ ਕਹਿੰਦੇ ਨੇ ਪ੍ਰਚਾਰ ਦਾ ਸਾਧਨ ਹਾਂ ਇਹ ਸਮਾਜਿਕ ਪ੍ਰਚਾਰ ਦੀ ਇੱਕ ਲੜੀ ਇੱਕ ਕੜੀ ਇੱਕ ਮੰਚ ਜੀ ਇਸ ਸਮਾਜਿਕ ਪ੍ਰਚਾਰ ਜਿਹੜਾ ਹੈ ਉਹ ਅੱਜ ਕੱਲ ਉਹਦਾ ਦੌਰ ਚੱਲ ਰਿਹਾ ਹੈ ਔਰ ਇਹਦੇ ਤੇ ਹਰ ਚੀਜ਼ ਜਿਹੜੀ ਹੈ ਉਹ ਬੰਦੇ ਨੂੰ ਸਾਫ਼-ਸਾਫ਼ ਦਿਸਣ ਲੱਗ ਜਾਂਦੀ ਹੈ ਜੋ ਕੁਝ ਵੀ ਪੂਰੀ ਦੁਨੀਆ 'ਚ ਵਾਪਰ ਰਿਹਾ ਹੈ ਇੱਕ ਤਸਵੀਰ ਅੱਜ ਕੱਲ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਨਾ ਮੈਂ ਹੈਰਾਨ ਸੀ ਉਹਨੂੰ ਵੇਖ ਕੇ ਪਤਾ ਨਹੀਂ ਸੱਚੀ ਹੈ ਝੂਠੀ ਹੈ ਪਰ ਉਸ ਤਸਵੀਰ ਦੇ ਵਿੱਚ ਉਹ ਮੋਦੀ ਹੋਰਾਂ ਦੀ ਕੋਈ ਵੀਡੀਓ ਹੈ ਜਿਹਦੇ ਵਿੱਚ ਜਿਹੜੇ ਲਾਈਕ ਆ ਉਹ ਥੋੜੇ ਆ ਤੇ ਡਿਸਲਾਈਕ ਦੁੱਗਣੇ ਤਿੱਗਣੇ ਹੋਏ ਹੋਏ ਨੇ ਦੇਖੋ ਜੀ ਇੱਕ ਤਾਂ ਗੱਲ ਇਹ ਆ ਵੀ ਇਹ ਵੀਡੀਓ ਬਿਲਕੁਲ درست ਹੈ ਤੇ ਖਬਰ ਬਿਲਕੁਲ ਝੂਠੀ ਨਹੀਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋ ਨੂੰ ਮਨ ਦੀ ਬਾਤ ਕੀਤੀ ਆ ਜੀ ਮੈਂ ਪਹਿਲਾਂ ਵੀ ਬੜੀ ਵਾਰ ਇਹ ਗੱਲ ਕਹੀ ਆ ਕਿ ਮਨ ਦੀ ਬਾਤ ਸਿਰਫ ਆਪਣੀ ਕਰਕੇ ਬਹਿ ਬਹਿ ਕਲੀਨਿਕਲ ਜਾਣਾ ਚਾਹੀਦਾ ਦੂਜੇ ਦੀ ਮਨ ਦੀ ਬਾਤ ਵੀ ਸੁਣਨੀ ਚਾਹੀਦੀ ਹੈ ਹਾਲਾਂਕਿ ਲੋਕ ਇਹਦੇ ਉੱਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਪਰ ਮੇਰੀ ਨਿੱਜੀ ਰਾਏ ਇਹ ਆ ਵੀ ਸਾਨੂੰ ਗੱਲ ਇਹੋ ਜੀ ਕਰਨੀ ਚਾਹੀਦੀ ਆ ਵੀ ਲੋਕਾਂ ਦੇ ਭਲੇ ਪਵੇ ਤੇ ਲੋਕ ਉਸ ਗੱਲ ਦੇ ਉੱਤੇ ਅਮਲ ਕਰਨ ਤੇ ਲੋਕ ਇਹ ਗੱਲ ਕਹਿਣ ਕਿ ਜੋ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਕਹੀ ਹੈ ਦਰਸਤ ਆ ਬਿਲਕੁਲ ਸਹੀ ਇਸ ਗੱਲ ਦਾ ਅਸੀਂ ਪਾਲਣ ਕਰਨਾ ਪਰ ਜੇ ਅਸੀਂ ਇਕੱਲੀ ਰਾਏ ਪੇਸ਼ ਕਰੀ ਜਾਵਾਂਗੇ 40 ਮਿੰਟ 45 ਮਿੰਟ 90 ਮਿੰਟ ਡੇਢ ਘੰਟਾ ਤਾਂ ਫਿਰ ਲੋਕ ਕਹਿੰਦੇ ਕਿ ਬਸ ਬਹੁਤ ਹੋ ਗਿਆ ਹੁਣ ਇਸ ਤੋਂ ਵੱਧ ਹੋਰ ਨਹੀਂ ਹੁਣ ਅਸੀਂ ਉਕਤਾ ਗਏ ਹਾਂ ਹੁਣ ਅਸੀਂ ਬੋਰ ਹੋ ਗਏ ਹਾਂ ਸੋ ਬਿਲਕੁਲ ਇਹੀ ਗੱਲ ਹੋਈ ਆ ਪਿਛਲੇ ਦਿਨੀ ਐਨਈਈਟੀ ਪ੍ਰੀਖਿਆ ਦੇ ਬਾਬਤ ਗੱਲਬਾਤ ਕੀਤੀ ਮਨਕੀ ਬਾਤ ਦੇ ਵਿੱਚ ਤੇ ਲਾਈਕ ਦੇ ਨਾਲੋਂ ਡਿਸਲਾਈਕ ਵੱਧ ਆ ਇਥੋਂ ਪਤਾ ਲੱਗਦਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਕਿੰਨੇ ਕ ਲੋਕ ਇਸ ਵਕਤ ਗੱਲਬਾਤ ਦੇ ਰੂਪ ਦੇ ਵਿੱਚ ਪਸੰਦ ਕਰ ਰਹੇ ਆ ਹੁਣ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਥੋੜਾ ਜਨਾ ਵਿਸ਼ਾ ਬਦਲਣਾ ਚਾਹੀਦਾ ਜਿਵੇਂ ਕਿ ਜਿਵੇਂ ਕਿ ਵੀ ਚੰਗੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਚੰਗੀ ਲੱਗੇ ਲੋਕ ਪੱਖੀ ਹੋਵੇ ਸਭ ਤੋਂ ਵੱਡੀ ਗੱਲ ਇਹ ਜੀ ਸਾਬਨਾ ਕੀ ਸੁਣਾਉਣਾ ਚਾਹੀਦਾ ਮੋਦੀ ਹੋਰ ਬਈ ਲੋਕਪੱਖੀ ਗੱਲ ਕਰਨੀ ਚਾਹੀਦੀ ਹੈ ਹੋਰ ਮੋਦੀ ਸਾਹਿਬ ਨੂੰ ਹੀਰ ਸੁਣਾਉਣੀ ਚਾਹੀਦੀ ਹੈ ਹੋਰ ਉਹ ਜਸਵਿੰਦਰ ਬਰਾੜ ਦਾ ਗਾਣਾ ਸੁਣਾਉਣ ਜੀ ਮੈਂ ਲੁੱਟੀ ਗਈ ਨਣਾਨੇ ਮੇਰਾ ਰਾਜਾ ਜੋਗੀ ਹੋ ਗਿਆ ਉਹ ਗਾਣਾ ਦਾ ਸੈਂਚੂ ਆਪਕੋ ਸੁਣਾ ਕਿਆ ਰਾਜਾ ਜੋਗੀ ਹੁਆ ਕਿਆ ਜਰਾ ਜ਼ੋਰ ਸੇ ਬੋਲੀਏ ਜੋਗੀ ਹੁਆ ਕਿਆ ਨਹੀਂ ਨਹੀਂ ਮਤਲਬ ਟਾਣਾ ਸਾਹਿਬ ਗੱਲ ਇਹ ਹੈ ਵੀ ਕੀ ਕਰਨਾ ਚਾਹੀਦਾ ਜਿੰਨਾ ਲਾਈਕ ਵਧਣ ਨਹੀਂ ਲਾਈਕ ਅਸਲ ਦੇ ਵਿੱਚ ਲਾਈਕ ਤਾਂ ਲੋਕਾਂ ਨੇ ਮਨ ਦੇ ਵਿੱਚ ਹੋਣੇ ਚਾਹੀਦੇ ਆ ਲਾਈਕ ਹੁੰਦਾ ਪਸੰਦ ਤੇ ਪਸੰਦ ਤੁਹਾਡੀ ਕੱਲੀ ਕੱਲੀ ਗੱਲ ਹੋਣੀ ਚਾਹੀਦੀ ਹੈ ਜੇਕਰ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਹੁਣ ਇਉਂ ਤਾਂ ਆਪਾਂ ਕਹਿ ਦਈਏ ਵੀ ਭਾਈ ਜੋ ਮਰਜ਼ੀ ਤੁਸੀਂ ਕਰੀ ਜਾਨੇ ਹੋ ਤੇ ਲੋਕ ਉਹਨੂੰ ਲਾਈਕ ਵੀ ਕਰਦੇ ਡਿਸਲਾਈਕ ਵੀ ਕਰਦੇ ਆ ਪਰ ਜੇਕਰ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਜਾਂ ਕੋਈ ਵੀ ਹੋਰ ਵੱਡੇ ਰਤਬੇ ਦੇ ਉੱਤੇ ਆ ਤੁਹਾਡੇ ਕੱਲੇ ਕੱਲੇ ਬੋਲ ਦੀ ਕੀਮਤ ਹੋਣੀ ਚਾਹੀਦੀ ਆ ਲੋਕ ਇਹ ਗੱਲ ਕਹਿਣ ਵੀ ਭਾਈ 6 ਸਾਲ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਨੂੰ ਤੇ ਇਹਨਾਂ ਨੇ ਇੰਨਾ ਕੁ ਭਾਰਤ ਲਈ ਕੰਮ ਕੀਤਾ ਵੀ ਆਪਾਂ ਗਲਤ ਗੱਲ ਲਿਖਣੀ ਨਹੀਂ ਆਪਾਂ ਮਾੜਾ ਕਮੈਂਟ ਕਰਨਾ ਹੀ ਨਹੀਂ ਆਪਾਂ ਸਿਰਫ ਲਾਇਕੀ ਕਰਨਾ ਇਹਨਾਂ ਦੀ ਗੱਲ ਕਈ ਮਗਰੋਂ ਹੁੰਦੀ ਆਪਾਂ ਪਹਿਲਾਂ ਸ਼ੇਅਰ ਕਰ ਦੇਣੀ ਹੈ ਬਿਲਕੁਲ ਸਹੀ ਗੱਲ ਹੈ ਪਰ ਟਾਣਾ ਸਾਹਿਬ ਇਹਦੇ ਨਾਲ ਨਾਲ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਨੇ ਲੋਕ ਗੱਲਾਂ ਪਸੰਦ ਨਹੀਂ ਕਰ ਰਹੇ ਪਰ ਬੜੀ ਹੈਰਾਨੀ ਹੁੰਦੀ ਹੁੰਦੀ ਆ ਉਹਨਾਂ ਭਗਤਾਂ ਦੇ ਉੱਪਰ ਜਿਹੜੇ ਕਿ ਹਾਲੇ ਵੀ ਇਹ ਕਹਿੰਦੇ ਨੇ ਕਿ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਨਹੀਂ ਹੋ ਸਕਦਾ ਉਹਨਾਂ ਨੂੰ 15 ਰੁਪਏ ਲੀਟਰ ਪੈਟਰੋਲ ਮਿਲਦਾ ਹੋਵੇ ਇਹ ਵੀ ਹੋ ਸਕਦਾ ਹੋ ਸਕਦਾ ਉਹਨਾਂ ਨੂੰ 10 ਰੁਪਏ ਲੀਟਰ ਡੀਜ਼ਲ ਮਿਲਦਾ ਹੋਵੇ ਸਾਨੂੰ ਤਾਂ ਭਾਈ 82-83 ਰੁਪਏ ਤੋਂ ਉੱਤੇ ਮਿਲਦਾ ਹੁਣ ਇਸ ਕਰਕੇ ਅਸੀਂ ਤਾਂ ਇਹ ਮੰਨਦੇ ਆਂ ਵੀ ਪਿਛਲੀ ਸਰਕਾਰ ਨਾਲੋਂ ਮਹਿੰਗਾ ਉਹਨਾਂ ਨੂੰ ਹੋ ਸਕਦਾ ਕੋਈ ਵੱਖਰਾ ਕੋਟਾ ਹੋਵੇ ਰਕਮਾ ਹੋਵੇ ਹੋ ਸਕਦਾ ਸਿਲੰਡਰ ਜਿਹੜੇ ਮੁਫਤ ਦੇ ਵਿੱਚ ਉਹਨਾਂ ਨੂੰ ਮਿਲਦੇ ਹੋਣ ਉਹਨਾਂ ਨੂੰ ਕੋਈ ਉਧਰ ਖਰਚਾ ਨਹੀਂ ਹੋ ਸਕਦਾ ਉਹਨਾਂ ਦੇ ਘਰੇ ਬ ਕਹਿਣਗੇ ਕਿ ਬਿਜਲੀ ਦਾ ਕੈਪਟਨ ਸਾਹਿਬ ਪੰਜਾਬ ਦੇ ਵਿੱਚ ਭੇਜ ਰਹੇ ਨੇ ਤੇ ਅਸੀਂ ਉਹਨਾਂ ਨੂੰ ਵੀ ਚੰਗਾ ਨਹੀਂ ਕਹਿ ਰਹੇ ਅਸੀਂ ਸਾਰੀਆਂ ਸਰਕਾਰਾਂ ਦੀ ਗੱਲ ਕਰ ਰਹੇ ਹਾਂ ਜਿਹੜਾ ਵੀ ਨੇਤਾ ਜਿਹੜੀ ਵੀ ਸਰਕਾਰ ਲੋਕਾਂ ਨੂੰ ਕੱਦੂਕਸ਼ ਕਰਦੀ ਆ ਉਹ ਮਨ ਦੇ ਵਿੱਚ ਡਿਸਲਾਈਕ ਲੈ ਲੈਂਦੀ ਆ ਬਿਲਕੁਲ ਸਹੀ ਜਿਹੜੀ ਵੀ ਸਰਕਾਰ ਚੰਗਾ ਕੰਮ ਕਰੇ ਉਹਨੂੰ ਲਾਈਕ ਕਰਨਾ ਬਣਦਾ ਉਹਨੂੰ ਪਸੰਦ ਕਰਨਾ ਬਣਦਾ ਤੇ ਦੁੱਖ ਦੀ ਗੱਲ ਇਹ ਆ ਕਿ ਭਾਰਤ ਦੇ ਵਿੱਚ ਨਾ ਲਾਈਕ ਵਾਲਾ ਬੰਦਾ ਇਹ ਦੂਰਪੀਂਦਰਾਂ ਲੱਭਣਾ ਪੈਂਦਾ ਬਿਲਕੁਲ ਸਹੀ ਦੀਵੇ ਜਗਾ ਕੇ ਲੱਭਣਾ ਪੈਂਦਾ ਜੀ ਪੰ ਮੋਦੀ ਹੋਰਾਂ ਦੀ ਗੱਲ ਕਰਕੇ ਹਟਿਆ ਤੇ ਹੁਣ 트াম্প ਸਾਹਿਬ ਦੀ ਵੀ ਗੱਲ ਕਰ ਲੈਨੇ ਆ ਦੇਖੋ ਮੈਂ ਤਾਂ ਨਾ ਕਦੇ ਕਦੇ ਇਹ ਸੋਚਦਾ ਮੈਂ ਵੀ 트াম্প ਸਾਹਿਬ ਨੇ ਜਿਹੜੇ ਜੀ ਉਹਨਾਂ ਨੂੰ ਭਾਰਤ ਦੇ ਵਿੱਚ ਆ ਕੇ ਚੋਣ ਲੜਨੀ ਚਾਹੀਦੀ ਆ ਆਰਤਾ ਤਾਂ ਤਾਂ ਸਾਰੀਆਂ ਇੱਥੋਂ ਵਾਲ ਗਈਆਂ ਬਿਲਕੁਲ ਸਹੀ ਜਦੋਂ ਆਰਤਾ ਇੱਥੋਂ ਵਾਲੀਆਂ ਤਾਂ ਫਿਰ ਚੋਣ ਵੀ ਇੱਥੇ ਲੜ ਲੈਣੀ ਚਾਹੀਦੀ ਆ ਮਿੱਤਰ ਬੇਲੀ ਉਹਨਾਂ ਦੇ ਖਾਸੇ ਇੱਥੇ ਹੈਗੇ ਆ ਪਤਾ ਨਹੀਂ ਕਿਹੜੀ ਗੱਲਾਂ ਉਹ ਉੱਥੇ ਜਾ ਕੇ ਗੱਪ-ਗੱਪ ਮਾਰਦੇ ਆ ਤੇ ਜੇਕਰ ਉਹ ਇੱਥੇ ਗੱਪ ਮਾਰਨ ਨਾ ਤਾਂ ਵੱਲ ਬਣ ਜੇ ਜੀ ਬਿਲਕੁਲ ਬਣ ਜਵੇ ਕਿਉਂਕਿ ਸਾਰਾ ਕੁਝ ਆਲਮੋਸਟ ਸੇਮ ਸੇਮ ਹੈ ਹਨਾ ਤਕਰੀਬਨ ਤੇ ਹੋ ਰਹੇ ਨੇ ਗੱਪਾਂ ਤੇ ਗਾਣੇ ਬਣ ਗਏ ਆ ਹਾਂਜੀ ਮੈਂ ਤਾਂ ਕੱਲ ਕੁਲਵਿੰਦਰ ਬਿੱਲੇ ਤੇ ਉਹ ਗੁਰਲੇ ਜ਼ਖਤਰ ਦਾ ਇੱਕ ਗਾਣਾ ਸੁਣਿਆ ਉਹਦੇ ਵਿੱਚ ਵੀ ਟਰੰਪ ਦਾ ਜ਼ਿਕਰ ਹੈਗਾ ਉਹ ਕਹਿੰਦਾ ਜਿਗਰ ਆ ਪਹਾੜ ਜਡ ਤੇਰੇ ਯਾਰ ਦਾ ਹੈ ਉਹ ਕਹਿੰਦੀ ਤੇਰਾ ਪੈਗ ਲੱਗਾ ਹੋਇਆ ਵੇ ਤੂੰ ਗੱਪ ਮਾਰਦਾ ਤੇ ਵਿੱਚ ਦੇ ਟਰੰਪ ਦਾ ਜ਼ਿਕਰ ਵੀ ਹੈਗਾ ਜੀ ਮੈਂ ਉਹਦੀਆਂ ਸਤਰਾਂ ਵੀ ਲਿਖ ਕੇ ਆਈ ਹਾਂ ਕਹਿੰਦੇ ਨੇ ਕਿ ਪਹਿਲਾਂ ਬਿੱਲੇ ਹੋਰੀ ਕਹਿੰਦੇ ਨੇ ਕਿ ਸ਼ਾਮੀ ਜੇ ਟਰੰਪ ਦਾ ਵੀ ਫੋਨ ਆਇਆ ਸੀ ਤੇ ਉਹਨੇ ਅੱਗੋ ਕਿਹਾ ਵੀ ਪਤਾ ਲੱਗਾ ਉਹਨੂੰ ਵੀ ਤੁੰਜਤਾ ਆਇਆ ਸੀ ਜੀ ਕਿਉਂ ਕਹਿੰਦੇ ਨੇ ਬਿੱਲੋ ਤੇਰੇ ਬਿੱਲੇ ਦੀ ਨਹੀਂ ਬੱਲੇ ਬੱਲੇ ਆ ਤੇ ਉਹ ਅੱਗੋ ਕਹਿੰਦੀ ਆ ਵੀ ਫੁਕਰੀ ਬਗੈਰ ਦੱਸ ਤੇਰੇ ਕੀ ਪੱਲੇ ਆ ਜਿਗਰਾ ਪਹਾੜ ਜਿੱਡਾ ਤੇਰੇ ਯਾਰ ਦਾ ਤੇਰਾ ਪਿੱਗ ਲੱਗਾ ਹੋਇਆ ਤੂੰ ਗੱਪ ਮਾਰਦਾ ਹਾਂ ਕਹਿੰਦਾ ਭਾਬੇ ਇਹ ਆ ਵੀ ਸ਼ਰਾਬੀ दारू ਪੀ ਕੇ ਗੱਪਾਂ ਮਾਰਦੇ ਆ ਹਾਥੀ ਨੂੰ ਕੀੜੀ ਦੱਸਣਗੇ ਹੂੰ ਮੈਂ ਨਾ ਵੀ ਸ਼ਰਾਬੀਆਂ ਬਾਰੇ ਕੀ ਕਹੇਗੇ ਤੇ ਕੀ ਨਾ ਕਹੇਗੇ ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਨਾ ਸ਼ਰਾਬ ਦੇ ਵਿੱਚ ਤੁੱਤ ਉਹ ਇੱਕ ਡਾਕਟਰ ਦੇ ਕੋਲੇ ਚਲਾ ਗਿਆ ਬਾਹਰ ਫੱਟੇ ਦੇ ਉੱਤੇ ਲਿਖਿਆ ਗਿਆ ਇੱਥੇ ਸ਼ਰਾਬ ਛਡਵਾਈ ਜਾਂਦੀ ਹੈ ਜਾਣ ਸਰ ਕਹਿੰਦਾ ਜੀ ਕਿੰਨੇ ਚਿਰ ਚ ਸ਼ਰਾਬ ਛਡਵਾ ਦਿੰਦੇ ਹੋ ਉਹ ਕਹਿੰਦੇ ਵੀ ਤੁਹਾਡੀ ਡੈਡੀਕੇਸ਼ਨ ਹੋਵੇ ਤੁਹਾਡੀ ਸਮਰਪਣ ਭਾਵਨਾ ਹੋਵੇ ਤਾਂ ਗਈ ਸਮਝ ਲਓ ਕਹਿੰਦਾ ਮੇਰੇ ਕੋਲ ਤਿੰਨ ਬੋਤਲਾਂ ਪੁਲਿਸ ਨੇ ਫੜੀਆਂ ਪਿਛਲੇ ਨਾਕੇ ਤੇ ਛਡਵਾ ਦਿਓ ਇਦਾਂ ਦੀ ਗੱਲ ਆ ਹੁਣ 트럼ਪ ਸਾਹਿਬ ਉਥੋਂ ਨੀਂਗਾ ਚੋਣਾਂ ਦੇ ਮੱਦੇਨਜ਼ਰ ਅਮਰੀਕਾ ਦੇ ਵਿੱਚ ਨਿਤ ਨਵੀਂ ਸ਼ੁਰਲੀ ਛੜਦੇ ਆ ਆ ਕੱਲ ਇੱਕ ਨਵੀਂ ਖਬਰ ਆ ਗਈ ਕਹਿੰਦੇ ਰੂਸ ਦੇ ਰਾਸ਼ਟਰਪਤੀ ਨੇ 트럼ਪ ਨੂੰ ਮਿਸ ਕਾਲ ਕੀਤੀ ਆ ਹਾਂਜੀ ਤੇ ਮੈਂ ਕਿਹਾ ਵੀ ਬੈਕ ਕਾਲ ਕਰ ਲੈਂਦਾ ਉਹ ਐਡੀ ਕਿਹੜੀ ਗੱਲ ਸੀ ਇਹਦੀ ਗੱਲ ਆ ਐਡਾ ਤਾਂ ਗਰੀਬ ਹੋਇਆ ਨਹੀਂ ਵੀ ਉਹਦੇ ਮੋਬਾਈਲ 'ਚ ਪੈਸੇ ਨਾ ਹੋਣ ਹਾਂ ਨਾਲੇ ਅਗਲੇ ਵੀ ਕਹਿ ਦੇਣਗੇ ਉਹ ਕਰਦਿਆਂ ਨੇ ਗਲਤੀ ਨਾਲ ਕਿਤੇ ਲਾਤਾ ਹਾਂ ਬਿਲਕੁਲ ਹੁਣ 트럼ਪ ਤਾਂ ਨਿਤ ਨਵੀਂ ਗੱਲ ਕਹਿੰਦਾ ਹੁਣ ਮਿੱਤਰਾਂ ਨੂੰ ਮਿਸ ਕਾਲਾ ਮਾਰਦੀ ਪੈਸੇ ਮੁੱਕ ਗਏ ਤਾਂ ਕਾਰਡ ਪਵਾ ਦਗੇ ਹੁਣ ਅੰਗਰੇਜ਼ੀ 'ਚ ਤਾਂ ਗਾਣਾ ਵੱ ਸੋ ਫਾਈ ਟ੍ਰੰਪ ਸਾਹਿਬ ਤੁਸੀਂ ਬਿਲਕੁਲ ਹਰਤਾ ਦੇ ਮੁਤਾਬਕ ਤੁਸੀਂ ਗੱਪਾਂ ਦੇ ਮੁਤਾਬਕ ਤੁਸੀਂ ਛੁਰਲੀਆਂ ਦੇ ਮੁਤਾਬਕ ਭਾਰਤ ਦੇ ਵਿੱਚ ਫਿੱਟ ਬੈਠਦੇ ਹੋ ਬਿਲਕੁਲ ਸਹੀ ਗੱਲ ਹੈ ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਵੀ ਤੁਸੀਂ ਪੰਜਾਬ ਦੇ ਕਿਹੜੇ ਨੇਤਾ ਦਾ ਮੁਕਾਬਲਾ ਕਰ ਰਹੇ ਹੋ ਗੱਪਾਂ ਚ ਪਰ ਤੁਸੀਂ ਕਰਦੇ ਹੋ ਬਿਲਕੁਲ ਸਹੀ ਗੱਲ ਹੈ ਉਹਨਾਂ ਦੀ ਸਕੀ ਭੈਣ ਕਹਿ ਰਹੀ ਆ ਵੀ ਮੇਰਾ ਭਰਾ ਝੂਠ ਬਹੁਤ ਬੋਲਦਾ ਇਹਦਾ ਕੋਈ ਸਟੈਂਡ ਨਹੀਂ ਇਹਦਾ ਕੋਈ ਪੱਕਾ ਪਤਾ ਨਹੀਂ ਕੀ ਕਹਦੇਵੇ ਨਹੀਂ ਪਰ ਮੈਂ ਨਾ ਇੱਕ ਗੱਲ ਉਹ ਟ੍ਰੰਪ ਹੋਰਾਂ ਨੂੰ ਸ਼ੁਕਰੀਆ ਅਦਾ ਕਰਨਾ ਚਾਹੁੰਨੀ ਆ ਸਾਡੇ ਵਾਲਿਆਂ ਦਾ ਮਾਣ ਰੱਖ ਗਏ ਨੇ ਹਾਂ ਹੁਣ ਸਾਡੇ ਵਾਲਿਆਂ ਦੀਆਂ ਗੱਲਾਂ ਘੱਟ ਹੁੰਦੀਆਂ ਨੇ ਗੱਪਾਂ ਦੇ ਮਾਮਲੇ 'ਚ

ਰਣਾ ਸਾਹਿਬ ਹੁਣ ਆਪਾਂ ਬਾਤ ਪਾਉਣੇ ਆ ਜਲੰਧਰ ਦੀ ਜੀ ਜਲੰਧਰ ਦੀ ਉਸ ਕੁੜੀ ਦੀ ਜਿਹਦੀ ਬਹਾਦਰੀ ਦੇ ਚਰਚੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਨੇ ਸੱਚੀ ਮੈਂ ਉਹ ਵੀਡੀਓ ਵੇਖੀ ਪਹਿਲਾਂ ਆਪਾਂ ਉਸ ਵੀਡੀਓ ਤੇ ਬਾਰੇ ਦੱਸ ਦਈਏ ਵੀ ਇੱਕ ਟੈਕ ਕਵਾਂਡੋ ਦੀ ਖਿਡਾਰਨ ਹੈ ਉਹ ਕੁੜੀ ਕਹੀ ਜਾ ਰਹੀ ਹੈ ਜਿਹਦਾ ਨਾਮ ਹੈ Kusum ਉਹ ਛੋਟੀ ਜੀ ਬੱਚੀ ਹੈ 15-16 ਸਾਲ ਦੀ ਉਹਦੀ ਉਮਰ ਹੈ ਤੇ ਪੜ੍ਹਾਈ ਕਰਕੇ ਉਹ ਬਚਾਰੀ ਟਿਊਸ਼ਨ ਪੜ੍ਹ ਕੇ ਤੇ ਆਪਣੇ ਘਰ ਨੂੰ ਜਾ ਰਹੀ ਸੀ ਹੱਥ ਦੇ ਵਿੱਚ ਉਹਦੇ ਮੋਬਾਈਲ ਫੋਨ ਸੀ ਰਸਤੇ 'ਚ ਲੁਟੇਰੇ ਜਿਹੜੇ ਸੀ ਉਹਨਾਂ ਨੇ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਚ ਉਸ ਕੁੜੀ ਨੇ ਬਰਾਬਰੀ ਦੇ ਨਾਲ ਮੁਕਾਬਲਾ ਕੀਤਾ ਹਾਲਾਂਕਿ ਜਿਹੜਾ ਇੱਕ ਲੁਟੇਰਾ ਸੀ ਉਹਨੇ ਦਾਤਰ ਮਾਰ ਕੇ ਉਹਦਾ ਗੁੱਟ ਵੀ ਵੱਢ ਦਿੱਤਾ ਪਰ ਫਿਰ ਵੀ ਉਹ ਕੁੜੀ ਡੱਟੀ ਰਹੀ ਹੱਟੀ ਨਹੀਂ ਔਰ ਪੂਰਾ ਮੁਕਾਬਲਾ ਕਰਕੇ ਉਹਨੇ ਤੇ ਆਪਣਾ ਫੋਨ ਜਿਹੜਾ ਹੈ ਉਹ ਖੋਲ ਲਿਆ ਔਰ ਬੱਚੀ ਕਹਿੰਦੀ ਹੈ ਕਿ ਮੇਰਾ ਫੋਨ ਹੀ ਮੇਰਾ ਸਕੂਲ ਹੈ ਤੇ ਇਹਨੂੰ ਮੈਂ ਕਿਵੇਂ ਜਾਣ ਦਿੰਦੀ ਬਹੁਤ ਖੂਬ ਦੀ ਗਲਤੀ ਇਹ ਹੈ ਵੀ ਜਿਹੜੀ ਇਹ ਬੱਚੀ ਕੁਸਮ ਹੈ ਜੀ ਇਹਨੂੰ ਇੰਨੀ ਬਹਾਦਰੀ ਦੇ ਲਈ ਵਧਾਈਆਂ ਤੇ ਇਹਦਾ ਧੰਨਵਾਦ ਵੀ ਇਹਨੇ ਇੱਕ ਲੁਟੇਰੇ ਜਿਹਦਾ ਨਾਮ ਹੈਗਾ ਅਸ਼ੂ ਜੀ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਹੁਣ ਇਹਨੂੰ ਪੁਲਿਸ ਦੇ ਕੋਲੇ ਛੱਡ ਦਿੱਤਾ ਗਿਆ ਲੁਟੇਰੇ ਨੂੰ ਦੂਜੀ ਗੱਲ ਇਹ ਹੈ ਹਰਮਨਜੀਤ ਕਿ ਇਹ ਨਾ ਜਲੰਧਰ ਦੇ ਵਿੱਚ ਪੰਡਿਤ ਦੀਨदयाल ਉਪਾਧਿਆਇ ਨਗਰ ਆ ਉੱਥੋਂ ਦੀ ਵਸਨੀਕ ਆ ਤੇ ਇਹ ਆਪਣੇ ਟਿਊਸ਼ਨ ਪੜ ਕੇ ਅਧਿਆਪਕ ਦੇ ਘਰ ਦੇ ਵਿੱਚੋਂ ਤੇ ਘਰ ਆਪਣੇ ਵਾਪਸ ਜਾ ਰਹੀ ਸੀਗੀ ਰਾਹ ਦੇ ਵਿੱਚ ਇਹਨੇ ਆਪਦੇ ਬੈਗ ਦੇ ਵਿੱਚੋਂ ਜਾਂ ਆਪਣੀ ਜੇਬ ਦੇ ਵਿੱਚੋਂ ਫੋਨ ਕੱਢਿਆ ਇਹਨੇ ਆਪਣੇ ਬਾਪੂ ਨੂੰ ਆਪਣੇ ਪਿਤਾ ਜੀ ਨੂੰ ਫੋਨ ਕਰਨਾ ਸੀ ਵੀ ਮੈਂ ਇੰਨੇ ਕਮੈਂਟਾਂ ਚ ਪਹੁੰਚ ਜਾਂਗੀ ਜਾਂ ਮੈਂ ਨਿਕਲ ਪਈਆਂ ਟਿਊਸ਼ਨ ਤੋਂ ਜਾਂ ਕੁਝ ਵੀ ਕਹਿਣਾ ਹੋਊਗਾ ਮਗਰੋਂ ਇਹਦੇ ਆਏ ਲੁਟੇਰੇ ਇੱਕ ਜਣਾ ਮੋਟਰਸਾਈਕਲ ਚਲਾ ਰਿਹਾ ਦੂਜਾ ਜਣਾ ਬੈਠਾ ਹਮ ਉਹਨਾਂ ਨੇ ਇਹਦੇ ਮੋਬਾਈਲ ਨੂੰ ਝੱਟ ਲਿਆ ਜੀ ਇਸ ਕੁੜੀ ਦੀ ਬਹਾਦਰੀ ਵੀ ਇਹਨੇ ਮੋਬਾਈਲ ਨਹੀਂ ਛੱਡਿਆ ਤੇ ਉਹਦੇ ਝੱਗੇ ਨੂੰ ਹੱਥ ਪਾ ਲਿਆ ਜੀ ਉਹਨੂੰ ਖਿੱਚ ਕੇ ਥੱਲੇ ਲਾ ਲਿਆ ਉਸ ਤੋਂ ਬਾਅਦ ਜਿਹੜੀ ਵੀਡੀਓ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਗੁੱਥਮ ਗੁੱਥਾ ਦੋਵੇਂ ਹੋ ਰਹੇ ਆ ਕਦੇ ਉਹ ਲੁਟੇਰਾ ਡਿੱਗਦਾ ਤੇ ਕਦੇ ਇਹ ਡੱਗ ਪੈਂਦੀ ਆ ਉਹਦੇ ਵਾਲ ਵੀ ਪਟਦਾ ਪਰ ਇਹ ਮਾਂ ਦੀ ਧੀ ਉਹਨੂੰ ਛੱਡਦੀ ਨਹੀਂ ਬਿਲਕੁਲ ਉਹਦੇ ਛੱਗੇ ਨੂੰ ਇੰਨੇ ਜ਼ੋਰ ਦੀ ਫੜਿਆ ਹੋਇਆ ਤੇ ਫਿਰ ਉਸ ਤੋਂ ਬਾਅਦ ਉਹ ਦੱਤਰ ਕੱਢਦਾ ਤੇ ਦੋ ਤਿੰਨ ਵਾਰੀ ਇਹਦੇ ਤੇ ਵਾਰ ਕਰਦਾ ਵੈਸੇ ਉਹਨੇ ਧੌਣ ਤੇ ਵਾਰ ਕੀਤਾ ਸੀ ਇਹਦੇ ਪਰ ਇਹਨੇ ਮੂਰੇ ਅੱਗੋਂ ਆਇਆ ਹੱਥ ਕਰ ਲਿਆ ਜਿਹਦੇ ਕਰਕੇ ਇਹਦੇ ਹੱਥ ਦੇ ਉੱਤੇ ਗੁੱਟ ਦੇ ਉੱਤੇ ਸੱਟ ਲੱਗੀ ਆ ਇਸ ਕੁੜੀ ਨੇ ਇਹ ਗੱਲ ਕਹੀ ਆ ਵੀ ਜਿਹੜਾ ਮੋਟਰਸਾਈਕਲ ਤੇ ਬੈਠਾ ਸੀਗਾ ਉਹ ਵਾਰ-ਵਾਰ ਇੱਕੋ ਗੱਲ ਕਹਿਣਾ ਸੀਗਾ ਇਹਦੇ ਸਿਰ 'ਚ ਮਾਰਦਾ ਤੇ ਇਹਦੇ ਸਿਰ 'ਚ ਮਾਰ ਫੇਰ ਛੱਡੂਗੀ ਫੇਰ ਛੱਡੂਗੀ ਪਰ ਇੰਨੇ ਚਿਰ ਨੂੰ ਆੜ ਗਵਾਰ ਦੇ ਹੋਰ ਲੋਕ ਬਾਹ ਕਿ ਉਹ ਮੋਟਰਸਾਈਕਲ ਸਵਾਰ ਭੱਜ ਗਿਆ ਤੇ ਇੱਕ ਜਣਾ ਫੜਿਆ ਗਿਆ ਤੇ ਇਹਨੂੰ ਹੁਣ ਪੁਲਿਸ ਨੇ ਜਿਹੜਾ ਉਹ ਆਪਦੀ ਕਾਰਵਾਈ ਦੇ ਵਿੱਚ ਕਿਵੇਂ ਲੈ ਕੇ ਆਣਾ ਵਕਤ ਦੱਸੋਗਾ ਜੀ ਮੈਨੂੰ ਇਹ ਗੱਲ ਇਸ ਕਰਕੇ ਬਹੁਤ ਮਹੱਤਵਪੂਰਨ ਤੇ ਬਹੁਤ ਵੱਡੀ ਲੱਗੀ ਆ ਕਿਉਂਕਿ ਅੱਜ ਵੀ ਤਰੀਕ ਦੇ ਵਿੱਚ ਜਦੋਂ ਜਵਾਨ ਵਰਗ ਦਾ ਇੱਕ ਹਿੱਸਾ ਫੇਸਬੁੱਕ ਦੇ ਉੱਤੇ ਕਲਾਕਾਰਾਂ ਪਿੱਛੇ ਲੜ ਰਿਹਾ ਜਦੋਂ ਕਹਿੰਦਾ ਵੀ ਤੂੰ ਕੰਜਰ ਜਦੋਂ ਕਹਿੰਦੇ ਵੀ ਤੂੰ ਕੁੱਤਾ ਤੂੰ ਐ ਤੇਰੀ ਮਾਂ ਤੇਰੀ ਭੈਣ ਜਦੋਂ ਇੰਨਾਂ ਗੱਲਾਂ ਦੇ ਵਿੱਚ ਲੱਗਾ ਹੋਇਆ ਉਸ ਵਕਤ ਕੁਸਮ ਵਰਗੀਆਂ 15-15 ਸਾਲ ਦੀਆਂ ਕੁੜੀਆਂ ਜਿਨ੍ਹਾਂ ਨੂੰ ਅਸੀਂ ਅਬਲਾ ਕਹਿੰਦੇ ਆ ਜਿਨ੍ਹਾਂ ਨੂੰ ਕਹਿੰਦੇ ਵੀ ਤਾਂ ਕਮ ਹੋਰ ਜਗਾਂ ਨਾਜ਼ੁਕ ਜੀਆਂ ਤੂੰ ਤਾਂ ਮੁਕਾਬਲਾ ਕਰਦੀਆਂ ਤੇ ਆਪਾਂ ਫੇਸਬੁੱਕਾਂ ਦੇ ਉੱਤੇ ਆਪਸ ਦੇ ਵਿੱਚ ਮੁਕਾਬਲੇ ਚ ਲੱਗੇ ਆਂ ਬਿਲਕੁਲ ਇਹ ਬਹੁਤ ਮਹੱਤਵਪੂਰਨ ਗੱਲ ਤੁਸੀਂ ਕਹੀ ਹੈ ਵੀ ਉਹ ਕੁੜੀ ਜਿਹੜੀ ਕਿ ਤੁਸੀਂ ਵੇਖੋ ਵੀ ਦੇਖਣ ਨੂੰ ਵੀ ਬਿਲਕੁਕ ਮਲੂਕ ਜਈ ਨਿੱਕੀ ਜੀ ਬੱਚੀ ਐ ਪਰ ਫਿਰ ਵੀ ਉਹਦਾ ਹੌਸਲਾ ਦੇਖੋ ਕਿੰਨਾ ਵੱਡਾ ਹੈ ਕਿ ਉਹਨੇ ਡੱਟ ਕੇ ਮੁਕਾਬਲਾ ਕੀਤਾ ਔਰ ਇਹ ਕੁੜੀ ਬਹੁਤੀਆਂ ਕੁੜੀਆਂ ਦੇ ਲਈ ਰੋਲ ਮਾਡਲ ਵੀ ਸਾਬਤ ਹੋਈ ਐ ਸਾਨੂੰ ਇਸ ਬੱਚੀ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਡੱਟ ਕੇ ਸਾਹਮਣਾ ਹੁੰਦਾ ਅਸੀਂ ਗੋਡੇ ਨਾ ਟੇਕਿਆ ਕਰੀਏ ਕਿਸੇ ਦੇ ਵੀ ਅੱਗੇ ਅਸੀਂ ਜਦੋਂ ਵੀ ਕੋਈ ਵੀ ਮੁਸ਼ਕਲ ਵੀ ਸਾਹਮਣੇ ਹੁੰਦੀ ਹੈ ਕੋਈ ਇਦਾਂ ਦਾ ਵੀ ਜੇਕਰ ਕੋਈ ਤੁਹਾਡੇ ਤੇ ਹਮਲਾ ਹੁੰਦਾ ਹੈ ਤੇ ਇਸ ਤਰ੍ਹਾਂ ਡਟ ਕੇ ਉਹਦਾ ਮੁਕਾਬਲਾ ਕਰੋ ਕੋਈ ਨਹੀਂ ਕੁਝ ਕਹਿ ਸਕਦਾ ਤੇ ਹੁਣ ਪਤਾ ਲੱਗਾ ਵੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਦੇ ਵੱਲੋਂ ਕਿਹਾ ਗਿਆ ਵੀ ਇਸ ਬੱਚੀ ਦੀ ਸਿਫਾਰਿਸ਼ ਅਸੀਂ ਰਾਸ਼ਟਰੀ ਤੇ ਸੁਬਾਈ ਪੁਰਸਕਾਰ ਦੇ ਵਾਸਤੇ ਕਰਨੀ ਹੈ ਸਟੇਟ ਪੁਰਸਕਾਰ ਦੇ ਲਈ ਇਹਨੂੰ ਬਹਾਦਰੀ ਪੁਰਸਕਾਰ ਮਿਲਣਾ ਚਾਹੀਦਾ ਤੇ ਮੈਂ ਵੀ ਜ਼ਾਤੀ ਤੌਰ ਦੇ ਉੱਤੇ ਚਾਹੁੰਦਾ ਅਸੀਂ ਚਾਹੁੰਦੇ ਹਾਂ ਕਿ ਇਸ ਕੁੜੀ ਦਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਹੋਣਾ ਚਾਹੀਦਾ ਇਹ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਬੱਚੀ ਦਾਖਲ ਹੈ ਤੇ ਇਸ ਬੱਚੀ ਦੀ ਸਿਫਤ ਹੋਣੀ ਚਾਹੀਦੀ ਹੈ ਤਾਂ ਜੋ ਇਸ ਬੱਚੀ ਦੀ ਸਿਫਤ ਨੂੰ ਦੇਖ ਕੇ ਬਾਕੀ ਕੁੜੀਆਂ ਦੇ ਵਿੱਚ ਵੀ ਹੌਸਲਾ ਆਵੇ ਕਿਉਂਕਿ ਅਸੀਂ ਹੌਸਲਾ ਛੱਡ ਜਾਨੇ ਜੇਕਰ ਸਾਡੇ ਉੱਤੇ ਕੋਈ ਰਾਹ ਦੇ ਵਿੱਚ ਹਮਲਾ ਕਰ ਦਿੰਦਾ ਇਸ ਕੁੜੀ ਨੇ ਜੋ ਕੀਤਾ ਨਾ ਇਹ ਕੰਗਾਂ ਨੂੰ ਜਾਗ ਲਾਉਣ ਵਾਲੀ ਗੱਲ ਹੈ ਜੀ ਔਰ ਇੱਥੇ ਮੈਂ ਇੱਕ ਬੜੀ ਕਹਿ ਲਓ ਵੀ ਕੋੜੀ ਜੀ ਗੱਲ ਵੀ ਕਹਿਣਾ ਚਾਹੁੰਦੀ ਹਾਂ ਟਾਣਾ ਸਭ ਅਕਸਰ ਉਹ ਲੋਕ ਜਿਹੜੇ ਕਹਿੰਦੇ ਨੇ ਵੀ ਸਾਨੂੰ ਧੀਆਂ ਨਹੀਂ ਚਾਹੀਦੀਆਂ ਅਕਸਰ ਉਹ ਲੋਕ ਜਿਹੜੇ ਧੀ ਪੁੱਤ ਦੇ ਵਿੱਚ ਫਰਕ ਕਰਦੇ ਨੇ ਉਹ ਧਿਆਨ ਨਾਲ ਵੇਖਣ ਇਸ ਵੀਡੀਓ ਨੂੰ ਇਹ ਹੁੰਦਾ ਹੈ ਫਰਕ ਧੀ ਤੇ ਪੁੱਤ ਦੇ ਵਿੱਚ ਬਿਲਕੁਲ ਧੀ ਆ ਜਿਹੜੀ ਉਹ ਮੁਕਾਬਲਾ ਕਰ ਰਹੀ ਹੈ ਆਪਦੀ ਰੱਖਿਆ ਕਰ ਰਹੀ ਹੈ ਆਪਦੀ ਚੀਜ਼ ਬਚਾ ਰਹੀ ਆ ਤੇ ਪੁੱਤ ਆ ਜਿਹੜੇ ਇਹ ਵੀ ਦੋਵੇਂ ਕਿਸੇ ਦੇ ਪੁੱਤ ਆ ਇਹ ਮਾਂ ਪਿਓ ਦਾ ਜਲੂਸ ਕੱਢ ਰਹੇ ਆ ਇਹ ਉਹਨਾਂ ਨੂੰ ਲਾਹਣਤਾ ਪਵਾ ਰਹੇ ਆ ਤੇ ਪਤਾ ਲੱਗਾ ਵੀ ਜਿਹੜਾ ਫੜਿਆ ਨਾ ਉਹਦੇ ਉੱਤੇ 7-8 ਪਰਚੇ ਪਹਿਲਾਂ ਲੁੱਟਖੋਹ ਦੇ ਦਰਜ ਆ ਉਹ ਹੁਣੇ-ਹੁਣੇ ਜ਼ਮਾਨਤ ਦੇ ਉੱਤੇ ਆਇਆ ਤੇ ਆਉਣ ਸਾਰ ਫੇਰ ਉਹਨੇ ਉਹੀ ਕਰਤੂਤਾਂ ਸ਼ੁਰੂ ਕਰ ਦਿੱਤੀ। ਜੀ ਹਾਲਾਂਕਿ ਇਹ ਗੱਲ ਸਾਰਿਆਂ ਦੇ ਉੱਪਰ ਲਾਗੂ ਨਹੀਂ ਹੁੰਦੀ ਧੀ ਪੁੱਤ ਵਾਲੀ ਬਹੁਤ ਸਾਰੀਆਂ ਧੀਆਂ ਵੀ ਗਲਤ ਕੰਮਾਂ ਦਾ ਕਰਕੇ ਆਪਾਂ ਵੇਖਦੇ ਆ ਚਰਚਾ ਦੇ ਵਿੱਚ ਰਹਿੰਦੀਆਂ ਨੇ ਬਹੁਤ ਸਾਰੇ ਪੁੱਤ ਵੀ ਸਹੀ ਕੰਮਾਂ ਦਾ ਕਰਕੇ ਚਰਚਾ 'ਚ ਰਹਿੰਦੇ ਨੇ ਪਰ ਸਾਨੂੰ ਫ ਜੀ ਸਤਿ ਸ਼੍ਰੀ ਅਕਾਲ ਹੁਣ ਫੇ ਜੋੜਾ ਹੱਥ ਮੋੜੋ ਅਰਥ ਪਾਉਣ ਦੇ ਲਈ ਬਾਰ ਬਾਰ ਇਹ ਕਰਨਾ ਪੈਣਾ ਹਾਂ ਮੇਰੇ ਵੱਲ ਕਿਡਾ ਤੁਸੀਂ ਨਾ ਇਹਨੂੰ ਰਾਸ਼ਟਰੀ ਅੰਤਰਰਾਸ਼ਟਰੀ ਮਸਲਾ ਬਣਾ ਲਿਆ ਮੇਰੇ ਵੱਲ ਭਾਵੇਂ ਐ ਨਹੀਂ ਕਰਨਾ ਦਰਸ਼ਕਾਂ ਦੇ ਵੱਲ ਐ ਕਰ ਦਿਓ ਗੱਲ ਖਤਮ ਦਰਸ਼ਕਾਂ ਦੇ ਲਈ ਮੇਰੇ ਮਨ 'ਚ ਬਹੁਤ ਸਤਿਕਾਰ ਹੈ ਜੀ ਸਰ ਸਾਹਿਬ ਹੱਥ ਜੋੜਨ ਨਾ ਜੋੜਨ ਦਾ ਫਰਕ ਨਹੀਂ ਪੈਂਦਾ ਇਹ ਭਾਸ਼ਣ ਨਹੀਂ ਕਿਹਾ ਅੱਛਾ ਜੀ ਹੁਣ ਨਹੀਂ ਜੁੜ ਰਹੇ ਕੀ ਕਰਾਂ ਓਕੇ ਚਲੋ ਠੀਕ ਹੈ ਜੀ ਗੱਲ ਇਹ ਆ ਵੀ ਤੁਹਾਡੀ ਜੇਬ ਦੇ ਵਿੱਚ ਪੈਸੇ ਕਿੰਨੇ ਆ ਆ ਜੇਬ ਦੇ ਵਿੱਚ ਤਾਂ ਇਸ ਵੇਲੇ ਕੁਝ ਵੀ ਨਹੀਂ ਆ ਪਰ ਸੱਚ ਹੋਊਗੇ ਕਿੰਨੇ ਕੁ ਕੀ ਕਰਨੇ ਆ ਕਿੰਨੇ ਕੁ ਹੋਣ ਗਿਆ 1000 ਰੁਪਏ 1500 ਰੁਪਏ اچھا ਜੀ ਬਹੁਤ ਆ ਕਿਉਂ ਇਹਨਾਂ ਨੂੰ ਧੋਣਾ ਨਹੀਂਗਾ ਮੈਂ ਤਾਂ ਕਦੇ ਵੀ ਨਾ ਧੋਵਾਂ ਇਹ ਨਾ ਹੋਵੇ ਧੋ ਕੇ ਇਹਨਾਂ ਦੇ ਉੱਤੇ ਸੈਨੀਟਾਈਜ਼ਰ ਛਿੜਕ ਕੇ ਤੇ ਮੰਜੇ ਤੇ ਪਾ ਦਿਓ ਪਿਛਲੇ ਦਿਨੀ ਦੁਆਬੇ ਦੇ ਇੱਕ ਪਿੰਡ ਦੇ ਵਿੱਚ ਹਾਂਜੀ ਗਲੀ ਦੇ ਵਿੱਚ 50 50 ਦੇ ਨੋਟ ਉੱਡਦੇ ਫਿਰਨ ਹੈ ਤੇ ਲੋਕਾਂ ਦੇ ਮਨ ਦੇ ਵਿੱਚ ਵਹਿਮ ਪੈਦਾ ਹੋ ਗਿਆ ਉਹਨੇ ਪੁਲਿਸ ਸੱਦ ਲਈ ਅੱਛਾ ਜੀ ਵੀ ਹੋ ਸਕਦਾ ਵੀ ਕਿਸੇ ਨੇ ਥੁੱਕ ਥੱਕ ਲਾ ਕੇ ਸੁੱਟ ਤੇ ਹੁਣ ਵੀ ਕਰੋਨਾ ਫੈਲੇ ਵੀ ਕੋਈ ਚੱਕੂ ਗਰਨ ਦੇ ਘਰੇ ਕਰੋਨਾ ਆ ਜਾਏ ਹਾਂਜੀ ਬਾਅਦ ਵਿੱਚ ਪੁਲਸ ਆ ਗਈ ਤੇ ਉਹਨੇ ਪੂਰੀ ਛਾਣਬੀਣ ਕੀਤੀ ਇਹਨਾਂ ਨੂੰ ਜਿਨ੍ਹਾਂ ਦੇ ਮੰਜੇ ਤੋਂ ਨੋਟ ਡੁੱਡੇ ਸੀਗੇ ਉਹ ਵੀ ਆ ਗਿਆ ਅੱਛਾ ਜੀ ਉਹ ਕਹਿੰਦਾ ਵੀ ਕੀ ਗੱਲ ਹੋ ਗਈ ਕਹਿੰਦੇ ਨੋਟ ਟੁੱਟਦੇ ਫਿਰਦੇ ਆ ਕਹਿੰਦੇ ਹਵਾ ਦਾ ਬੁੱਲਾ ਆਇਆ ਸਾਡੇ ਕੋਲ ਹੀ ਡੁੱਡੇ ਆ ਕਹਿੰਦੇ ਵੀ ਇੱਕ ਹੀ ਚੱਕਰ ਆ ਕਹਿੰਦਾ ਵੀ ਮੈਂ ਕਢਵਾਏ ਸੀ ਏਟੀਐਮ ਦੇ ਵਿੱਚੋਂ ਅੱਛਾ ਜੀ ਤੇ ਮੈਨੂੰ ਇਉਂ ਲੱਗਾ ਵੀ ਜਦੋਂ ਆਪਾਂ ਹਰ ਚੀਜ਼ ਨੂੰ ਬਚਾ ਕੇ ਰੱਖਦੇ ਹਾਂ ਹੱਥ ਧੋ ਕੇ ਰੱਖਦੇ ਹਾਂ ਸੈਨੀਟਾਈਜ਼ਰ ਵਰਤ ਕੇ ਰੱਖਦੇ ਹਾਂ ਹਰ ਚੀਜ਼ ਦੇ ਉੱਤੇ ਕਰੋਨਾ ਲੱਗਾ ਹੋ ਸਕਦਾ ਕੀ ਪਤਾ ਇਹਨਾਂ ਤੇ ਵੀ ਲੱਗਾ ਹੋਵੇ ਕਹਿੰਦਾ ਮੈਂ ਸਾਬਣ ਦੇ ਨਾਲ ਮਲਮਲ ਕੇ ਧੋਲੇ ਤੇ ਮੈਂ ਪਾਤੇ ਧੁੱਪ ਦੇ ਵਿੱਚ ਸੁੱਕਣੇ ਹਵਾ ਦਾ ਬੁੱਲਾ ਆ ਭਾਈ ਸਾਰੇ ਨੋਟ ਮੇਰੇ ਆ ਇਸੇ ਚੱਕਰ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਹਮ ਦੇ ਕੋਲ ਇਤਕੀ ਇਸ ਵਰੇ ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ 17 ਕਰੋੜ ਦੇ ਨੋਟ 2-2000 ਰੁਪਏ ਦੇ ਜਮ੍ਹਾਂ ਕਰਵਾਏ ਗਏ ਜਿਹੜੇ ਖਰਾਬ ਹੋਏ ਹੋਏ ਆ ਜੀ ਬਿਲਕੁਲ ਸਹੀ ਲੋਕ ਆ ਜਿਹੜੇ ਆਪਣੇ ਨੋਟਾਂ ਨੂੰ ਸੈਨੀਟਾਈਜ਼ ਕਰਨ ਦੇ ਲਈ ਕਦੇ ਵਾਸ਼ਿੰਗ ਮਸ਼ੀਨ 'ਚ ਪਾ ਲੈਂਦੇ ਆ ਹਮ ਕਦੇ ਉਹਨਾਂ ਦੇ ਉੱਤੇ ਸਾਬਣ ਮਲ ਮਲ ਕੇ ਧੋਣ ਲੱਗ ਪੈਂਦੇ ਆ ਬਾਅਦ ਦੇ ਵਿੱਚ ਸੈਨੀਟਾਈਜ਼ਰ ਛਿੜਕ ਕੇ ਤੇ ਕਦੇ ਧੁੱਪੇ ਪਾ ਦਿੰਦੇ ਆ ਤੇ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਵਿਚਾਰਿਆਂ ਦਾ ਨੋਟਾਂ ਦਾ ਜ ਫਿਰ ਉਹ ਕਹਿੰਦੇ ਵੀ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਕੋਲੇ 17 ਕਰੋੜ ਰੁਪਏ ਦੇ 2-2000 ਦੇ ਨੋਟ ਪਹੁੰਚ ਚੁੱਕੇ ਆ ਸਾਡੇ ਵਾਲੇ ਨੋਟ ਤਾਂ ਵੈਸੇ ਵੀ ਟਹਿਣਾ ਸਾਬ ਵੱਲੇ ਨੇ ਜਦੋਂ ਇਹ ਆਉਣੇ ਸੀ ਤਾਂ ਕਹਿੰਦੇ ਸੀ ਵਿੱਚ ਚਿਪ ਲੱਗੀ ਆ ਜ਼ਮੀਨ ਥੱਲੇ ਵੀ ਦਬਦੋਂ ਪਤਾ ਲੱਗ ਜਾਊਗਾ ਵੀ ਨੋਟ ਕਿੱਥੇ ਪਿਆਈਏ ਹੈ ਉਹ ਹੈ ਹੁਣ ਪਤਾ ਲੱਗਾ ਪਸੀਨਾ ਹੀ ਰੰਗ ਛੱਡਣ ਲੱਗ ਜਾਂਦਾ ਸਹੀ ਗੱਲ ਆ ਸਹੀ ਗੱਲ ਆ ਇਹਨਾਂ ਨੂੰ ਨਾ ਬਾਗੇ ਪੁਰਾਣੇ ਦਾ ਕੰਡੇ ਮਾਰਕਾ ਪੱਤੇ ਰੰਗ ਲਾਉਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਇਹਨਾਂ ਦਾ ਰੰਗ ਵੀ ਠੀਕ ਨਹੀਂ ਹੈਗਾ ਪਰ ਜਿਹੜੀ 17 ਕਰੋੜਾਂ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਸ ਵਾਰੇ ਠੀਕ ਹੈ ਇਹ ਨੋਟ ਜਿਹੜੇ ਆ ਉਹ ਜ਼ਿਆਦਾ ਆ ਤੇ ਕੱਲੇ 2000 ਦੇ ਨੋਟ ਨਹੀਂ ਹੈਗੇ 200 ਦੇ 500 ਦੇ 10 ਦੇ 20 ਦੇ ਨੋਟ ਵੀ ਇਹਦੇ ਵਿੱਚ ਸ਼ਾਮਲ ਨੇ ਔਰ ਤੁਸੀਂ ਇਹ ਵੇਖੋ ਕਿ ਜੇ ਪਿਛਲੇ ਵਰਿਆਂ ਦੀ ਆਪਾਂ ਗੱਲ ਕਰੀਏ ਤਾਂ ਪਿਛਲੇ ਵਰ੍ਹੇ ਦੇ ਵਿੱਚ ਤਕਰੀਬਨ 1 ਲੱਖ ਨੋਟ ਜਿਹੜੇ ਨੇ ਉਹ ਵੀ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਹੀ ਖਰਾਬ ਜਿਹੜੇ ਉਹ RBI ਤੱਕ ਪਹੁੰਚੇ ਸੀ ਤੇ 2000 ਦੇ ਜਿਹੜੇ ਨੋਟ ਨੇ ਉਹ ਕੁੱਲ ਮਿ ਨੋਟ ਨੇ ਤਾਣਾ ਸਾਹਿਬ ਜੇ ਪੂਰੇ ਟੋਟਲ ਚਾਪਾ ਵੇਖੀਏ ਤਾਂ ਤੇ ਇਸ ਸਾਲ 500 ਰੁਪਏ ਦੇ ਜਿਹੜੇ ਨੋਟ ਨੇ ਉਹ 16 ਕਰੋੜ 45 ਲੱਖ ਨੋਟ ਉਹ ਵੀ ਪਹੁੰਚੇ ਨੇ ਮਤਲਬ ਭਾਈ ਕਹਿਣ ਦਾ ਇਹ ਹੈ ਵੀ ਲੋਕ ਇੰਨੇ ਡਰੇ ਇੰਨੇ ਸਹਿਮੇ ਤੇ ਇੰਨੇ ਪਰੇਸ਼ਾਨ ਹੋਏ ਆ ਵੀ ਨੋਟਾਂ ਨੂੰ ਵੀ ਕੜਕੜ ਕੇ ਧੋਈ ਜਾਂਦੇ ਆ ਪਰ ਭਾਈ ਐਦਾਂ ਦੀ ਗੱਲ ਨਹੀਂ ਹੈਗੀ ਤੁਸੀਂ ਆਪਦੇ ਨੋਟਾਂ ਨੂੰ ਖਰਾਬ ਨਾ ਕਰੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਡਿਜੀਟਲ ਹੋ ਜਾਓ ਡਿਜੀਟਲ ਡਿਜੀਟਲ ਸਾਰੀ ਡਿਜੀਟਲ ਨਹੀਂ ਟਾਲਣਾ ਡਿਜੀਟਲ ਇੰਡੀਆ ਨਹੀਂ ਕਹਿਣਾ ਡਿਜੀਟਲ ਕਹਿਣਾ ਡਿਜੀਟਲ ਹੋ ਜਾਓ ਤੁਸੀਂ ਤੇ ਕਹਿੰਦੇ ਵੀ ਕਾਰਡ ਦੇ ਰਹੀਂ ਤੁਸੀਂ ਭੁਗਤਾਨ ਕਰਿਆ ਕਰੋ ਤੇ ਖਾਤੇ 'ਚ ਤੁਸੀਂ ਪੈਸੇ ਪਵਾਇਆ ਕਰੋ ਤੇ ਉਹ ਕਹਿੰਦੇ ਵੀ ਨਕਦੀ ਤਾਂ ਖੜੇ ਛੱਡ ਦਿਓ ਜੀ ਬਿਲਕੁਲ ਇਸ ਕਰਕੇ ਭਾਈ ਜਿਹੜੇ ਨੋਟ ਆ ਨਾ ਇਹ ਤੁਸੀਂ ਬਚਾ ਕੇ ਰੱਖੋ ਪਰ ਆ ਤੁਹਾਨੂੰ ਡਿਜੀਟਲ ਵਾਲੀ ਵੀ ਮੈਂ ਗੱਲ ਇੱਕ ਦੱਸ ਦਿੰਨੀ ਆ ਕਹਣਾ ਸਾਹਿਬ ਤੁਹਾਨੂੰ ਪਤਾ ਹੈ ਕਿ ਕਈ ਦੁਕਾਨਦਾਰ ਕਿੰਨੇ ਨਖਰੇ ਕਰਦੇ ਨੇ ਇਹ ਡਿਜੀਟਲ ਕਰੰਸੀ ਜੁੱਤੋ ਕੁਛ ਵੀ ਖਰੀਦੋ ਫਰੋਖਤ ਕਰਦੇ ਹੋ ਤਾਂ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਜੀ ਕਾਰਡ ਹੈ ਮੇਰੇ ਕੋਲੇ ਤਾਂ ਤੁਸੀਂ ਕਾਰਡ ਨਾਲ ਪੇਮੈਂਟ ਲੈ ਲਓ ਤੇ ਉਹ ਆਪਣਾ ਟੈਕਸ ਬਚਾਉਣ ਦਾ ਖਾਤਰ ਕਰ ਬਚਾਉਣ ਦਾ ਖਾਤਰ ਕਿਉਂਕਿ ਫਿਰ ਜੇ ਕਾਰਡ ਤੋਂ ਪੇਮੈਂਟ ਹੋਊ ਤਾਂ ਸਾਰਾ ਕੁਝ ਸਾਹਮਣੇ ਆ ਜਾਣਾ ਨਾ ਉਹ ਕਹਿ ਦਿੰਦੇ ਨੇ ਮਸ਼ੀਨ ਨਹੀਂ ਚੱਲਦੀ ਤੁਸੀਂ ਫਲਾਣੀ ਥਾਂ ਤੇ ਏਟੀਐਮ ਆ ਉੱਥੋਂ ਕਢਾ ਕੇ ਪੈਸੇ ਲਿਆ ਦਿਓ ਅਸੀਂ ਆਨਲਾਈਨ ਪੈਸੇ ਨਹੀਂ ਲੈਂਦੇ ਹੈਗੇ ਉਹ ਹੋਰ ਬਹਾਨੇ ਮੋਰੋਂ ਦੀ ਕਰਦੇ ਨੇ ਲੋਕ ਅੱਗੋਂ ਨਾ ਟਿਕਾਣੇ ਦੀ ਗੱਲ ਕਿਹਾ ਕਰਨ ਮੈਂ ਵੀ ਇੱਕ ਦੁਕਾਨ ਤੇ ਗਿਆ ਮੈਂ ਗਿਆ ਵੀ ਘਰ ਦਾ ਸਮਾਨ ਸਮੂਲ ਲੈਣ ਮੈਂ ਕਿਹਾ ਜੀ ਆਹ ਚੀਜ਼ ਹੈਗੀ ਕਰ ਇਹ ਤਾਂ ਹੈ ਨਹੀਂ ਮੈਂ ਕਿਹਾ ਵੀ ਆ ਚੀਜ਼ ਹੈਗੀ ਆ ਕਿ ਨਾ ਇਹ ਵੀ ਹੈ ਨਹੀਂ ਮੈਂ ਕਿਹਾ ਆ ਚੀਜ਼ ਇਹ ਮੁੱਕੀ ਵੀ ਆ ਤੇ ਆ ਚੀਜ਼ ਮੰਗਲਵਾਰ ਆਜੂਗੀ ਆ ਚੀਜ਼ ਇਹ ਤਾਂ ਪੱਲੇ ਹੁੰਦਾ ਹੀ ਨਹੀਂ ਤੇ ਮੈਂ ਕਿਹਾ ਤੁਹਾਡੇ ਕੋਲ ਹੈ ਕੀ ਕਿ ਨਾ ਇਹਦੇ ਚ ਤਾਂ ਕੁਝ ਨਹੀਂਗਾ ਮੈਂ ਕਿਹਾ ਮੈਂ ਤੁਹਾਨੂੰ ਤਾਲਾ ਲਿਆ ਕੇ ਦੇਵਾਂ ਕਿ ਨਾ ਕਿਉਂ ਮੈਂ ਤੁਹਾਨੂੰ ਬੰਦ ਕਰਕੇ ਲਾ ਦੇਵਾਂ ਕਿ ਤੁਹਾਡੇ ਕੋਲ ਹੈ ਹੀ ਕੁਛ ਨਹੀਂ ਜੀ ਬਿਲਕੁਲ ਸਹੀ ਗੱਲ ਹੈ ਪਰ ਇਹ ਨਾ ਬੜਾ ਕੁਝ ਕਨਫਿਊਜ਼ਨ ਹੈ ਗਿਆ ਬਹੁਤ ਦੁਚਿੱਤੀ ਆ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਉਹ ਕੀ ਕਰਨ ਪਰ ਨੋਟ ਨਾ ਧੋਣ ਆਪਣੇ ਹੱਥ ਵਾਰ-ਵਾਰ ਤੁਸੀਂ ਸੈਨੀਟਾਈਜ਼ ਕਰ ਲਓ ਆਪਣੇ ਹੱਥਾਂ ਨੂੰ ਵਾਰ-ਵਾਰ ਧੋ ਲਓ ਉਹ ਜ਼ਿਆਦਾ ਵਧੀਆ ਨੋਟ ਧੋਣ ਨਾਲ ਹਮ ਜੱਜ ਦਾ ਵਿਚਾਰ ਹਰਮਨਜੀ ਭੰਗ ਦੇ ਨਸ਼ੇ ਦੇ ਵਿੱਚ ਇੱਕ ਚੂਰ ਮੁੰਡਾ ਹਾਂਜੀ ਐ ਜਾ ਕੇ ਖੰਬੇ ਦੇ ਸਿਖਰ ਤੇ ਚੜ ਗਿਆ ਅੱਛਾ ਖੰਬੇ ਦੇ ਤਾਰੇ ਤੇ ਤੋਰਣ ਲੱਗ ਪਿਆ ਹੈ ਜਿਵੇਂ ਉਹ ਸਰਕਸ ਦੇ ਵਿੱਚ ਕੰਮ ਕਰਦਾ ਰਿਹਾ ਹੁੰਦਾ ਨਾ ਜੀ ਬਿਲਕੁਲ ਇਸ ਤਰੀਕੇ ਨਾਲ ਅੱਛਾ ਮਾਂ ਦਾ ਪੁੱਤ ਨਾ ਭੋਰਾ ਡਰਿਆ ਹਮ ਨਾ ਝੱਕਿਆ ਨਾ ਰੁਕਿਆ ਨਾ ਕਿਸੇ ਨੇ ਰੋਕਿਆ ਬਾ ਚੂਹੂ ਕਰਕੇ ਚੜਿਆ ਜਿਵੇਂ ਬਾਂਦਰ ਚੜਦਾ ਹੁੰਦਾ ਸਬਾਈ ਦੇ ਤੇ ਤੇ ਜਾ ਕੇ ਨਾ ਤੇ ਐ ਮੋਜ ਨਾਲ ਤੁਰਨ ਲੱਗ ਪਿਆ ਅੱਛਾ ਜੀ ਉਹ ਜਿਹੜੇ ਬਿਜਲੀ ਮਹਿਕਮੇ ਵਾਲੇ ਆ ਉਹ ਵੀ ਆਗੇ ਆਮ ਲੋਕਾਂ ਨੇ ਵੀ ਤਰਾ ਨਿਕਲ ਗਿਆ ਬਈ ਜੇ ਕਿਤੇ ਕਰੰਟ ਆ ਗਿਆ ਇਹ ਤਾਂ ਭੰਬੜਾ ਪੂ ਹੋ ਗਿਆ ਬਿਲਕੁਲ ਜੇ ਕਿਤੇ ਡਿੱਗ ਪਿਆ ਤਾਂ ਹੱਥ ਛੁੱਟ ਗਿਆ ਇਹ ਤਾਂ ਗਿਆ ਪਰ ਮਾਦਾ ਪੁੱਤ ਮੰਨਿਆ ਹੀ ਨਹੀਂ ਇਹ ਮੈਂ ਲਾਇਆ ਤੁਸੀਂ ਕੁਰੂਖੇਤਰ ਵਾਲੀ ਗੱਲ ਕਰ ਰਹੇ ਬਾਈਆਂ ਕਸਾਲਾਂ ਦਾ ਮੁੰਡਾ ਹੈ ਤੇ ਇਹ 11 ਕੇਵੀ ਦੀ ਜਿਹੜੀ ਲਾਈਨ ਆ ਨਾ ਉਹਦੇ ਉੱਪਰ ਤੁਰਨ ਲੱਗ ਗਿਆ ਸੀ ਜਾਨਾ ਸਾਹਿਬ ਮੈਂ ਹੈਰਾਨ ਆ ਵੀ ਭੱਲਿਆ ਲੋਕਾ ਜੇ ਤੈਨੂੰ ਇੰਨਾ ਹੀ ਸ਼ੌਂਕ ਆ ਇਦਾਂ ਦੇ ਕਰਤੱਵ ਤਨੂੰ ਪੁਰਸਕਾਰ ਲਿਆ ਕੇ ਦੇ ਕੋਈ ਮੈਡਲ ਮੋਡਲ ਪਵਾ ਪੰਜਾਬ ਦੇ ਹਿੱਸੇ ਵੀ ਆਹ ਕਿਹੜਾ ਕੰਮ ਨੂੰ ਪਿਆ ਹੋਇਆ ਇਹਨੇ ਆਪਦੇ ਮਾਪਿਆਂ ਦੇ ਮੈਡਲ ਪਵਾਤਾ ਦਿੱਤੇ ਆ ਕਿਉਂਕਿ ਹੁਣ ਪਤਾ ਲੱਗਾ ਵੀ ਇਹ ਭੰਗ ਦਾ ਨਸ਼ਾ ਬਹੁਤ ਕਰਦਾ ਤੇ ਜਦੋਂ ਇਹਨੂੰ ਪੁਲਿਸ ਵਾਲੇ ਫੜ ਕੇ ਲੈ ਕੇ ਗਏ ਨਾ ਵੀ ਭਾਈ ਤੂੰ ਆ ਕੀ ਕੀਤਾ ਤੂੰ ਸਾਰੇ ਮੁਹੱਲੇ ਨੂੰ ਸਾਰੇ ਲੋਕਾਂ ਨੂੰ ਪਰੇਸ਼ਾਨ ਕੀਤਾ ਕਹਿੰਦਾ ਬੇਬੇ ਲੜਦੀ ਆ ਉਹ ਕਹਿੰਦੇ ਕਾਹਤੋਂ ਲੜਦੀ ਆ ਨਸ਼ਾ ਨਹੀਂ ਕਰਦੀ ਉਹ ਆਪਦੇ ਪੈਸੇ ਦਾ ਕਰਦਾ ਹੋ ਗੋ ਪੈ ਗਿਆ ਹੂੰ ਪੁੱਸ ਕਹਿੰਦੇ ਵੀ ਆ ਜਾ ਨਹੀਂ ਤਾਂ ਬੇਬੇ ਹੁਣ ਮਹੀਨੇ ਦੇ ਪੈਸੇ ਦਿਆ ਕਰੇ ਵਿਆਹ ਲੈ ਪੁੱਤ ਸ਼ਾਬਾਸ਼ ਬਹੁਤ ਚੰਗੇ ਕੰਮ ਲੱਗਿਆ ਹੋਇਆ ਤੇ ਇਹ ਪੈਸਿਆਂ ਦਾ ਨਸ਼ਾ ਕਰਿਆ ਕਰ ਕਹਿੰਦਾ ਬੇਬੇ ਮੈਨੂੰ ਕਰੋੜੀ ਨਿਕਲ ਨਹੀਂ ਦਿੰਦੀ ਤੇ ਬੇਬੇ ਤੈਨੂੰ ਨਿਕਲਣ ਕਿਉਂ ਦੇਵੇ ਤੂੰ ਤਾਂ ਖੰਭੇ ਤੇ ਚੜ ਜਾਣਾ ਜੀ ਜੇ ਕਿਤੇ ਬੇਬੇ ਤੈਨੂੰ ਰੋਕਦੀ ਨਾ ਹੋਵੇ ਤੂੰ ਤਾਂ ਪਤਾ ਨਹੀਂ ਕੀ ਕਰਦੇਵੇਂ ਬਿਲਕੁਲ ਖੰਭੇ 'ਚ ਤਾਂ ਤੂੰ ਪਤਾ ਨਹੀਂ ਕਿੱਥੇ-ਕਿੱਥੇ ਚੜਿਆ ਫਿਰੇ ਹਾਂ ਨਾ ਕੀ ਪਤਾ ਹੁੰਦਾ ਡੈਣਾ ਸਾਹਿਬ ਹਰ ਵਕਤ ਤੈਨੂੰ ਬੇਬੇ ਰੋਕਦੀ ਆ ਹਾਂ ਇਹ ਤਾਂ ਇਹ ਤਾਂ ਭਲੀ ਤੇਰੀ ਬੇਬੇ ਆ ਬਿਲਕੁਲ ਸਹੀ ਗੱਲ ਆ ਇਹ ਬੇਬੇ ਨੂੰ ਲ ਇਹ ਬੰਦਾ ਬਾਂਦਰ ਤੋਂ ਬਣਿਆ ਇਹ ਨਾ ਹਰਤ ਕ ਤਾਂ ਜਿਹੜੀਆਂ ਬਾਂਦਰ ਵਾਲੀਆਂ ਨਹੀਂ ਟੈਣਾ ਸਾਹਿਬ ਕੀ ਪਤਾ ਬੇਬੇ ਮੰਨੀ ਬੈਠੀ ਹੋਵੇ ਤਾਂ ਹੀ ਨਹੀਂ ਨਿਕਲਣ ਦਿੰਦੀ ਇਹ ਵੀ ਬੰਦਾ ਬਾਂਦਰ ਤੋਂ ਹੀ ਬਣਿਆ ਬਈ ਹਾਦੀ ਹੋ ਗਈ ਸੱਚੀ ਇਸ ਨਸ਼ੇ ਨੇ ਤਾਂ ਪੂਰੇ ਭਾਰਤ ਦਾ ਹੀ ਬੇੜਾ ਗਰਖ ਕਰ ਰੱਖਿਆ ਜੇ ਪੰਜਾਬ ਦੀ ਆਪਾਂ ਗੱਲ ਕਰਦੇ ਆ ਤਾਂ ਇਸ ਇੱਥੇ ਨਸ਼ੇ ਦਾ ਕਰਕੇ ਕੀ ਕੁਝ ਹੁੰਦਾ ਹਨਾ ਆ ਹੁਣ ਕੁਰਕ ਖੇਤਰ ਤੋਂ ਖਬਰ ਸਾਹਮਣੇ ਆ ਗਈ ਇਸ ਤੋਂ ਪਹਿਲਾਂ ਵੀ ਕਦੀ ਕੋਈ ਸ਼ਰਾਬ ਦੇ ਨਸ਼ੇ 'ਚ ਪਾਣੀ ਵਾਲੇ ਟੈਂਕੀ ਤੇ ਚੜ ਜਾਂਦਾ ਕੋਈ ਕਿਤਾ ਚੜ ਜਾਂਦਾ ਕੋਈ ਕਿਤਾ ਚੜ ਜਾਂਦਾ ਵੀ ਭੱਲੇ ਉਹ ਲੋਕੋ ਜੇ ਇੰਨਾ ਲੱਤਾਂ ਦੇ ਵਿੱਚ ਜ਼ੋਰ ਹੈ ਜੇ ਤੁਸੀਂ ਇੰਨੀ ਉਚਾਈ ਤੇ ਚੜ ਸਕਦੇ ਹੋ ਤਾਂ ਕੋਈ ਖੇਡ ਅਤੇ ਸਾਲੋ ਕੋਈ ਆਪਣਾ ਨਾਰ ਆਪਸ਼ਨ ਕਰੋ ਆਪਣੇ ਮਾਪਿਆਂ ਦਾ ਕਰੋ ਨਾਲੇ ਚਾਰ ਛੇ ਲੜਾਉਣਗੇ ਘਰੇ ਆ ਕਿਹੜੇ ਕੰਮੇ ਲੱਗਿਆ ਤੁਸੀਂ ਪਿਛਲੇ ਦਿਨੀ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਉੱਤਰ ਪ੍ਰਦੇਸ਼ ਦੀ ਉਹ ਵੀਡੀਓ ਆ ਹਮ ਲੋ ਜੀ ਕਹਿੰਦੇ ਵੀ ਉੱਥੇ ਇੱਕ ਮੁੰਡਾ ਨਾ ਜਿਹੜਾ ਕੋ ਕੁੜੀ ਵਿਆਹਣ ਵਾਸਤੇ ਪਹੁੰਚਿਆ ਅੱਛਾ ਜੀ ਤੇ ਜਦੋਂ ਉਹ ਕੁੜੀ ਦੇ ਵਰਮ ਵਾਲਾ ਜੀ ਪਾਉਣ ਲੱਗਿਆ ਉਹ ਵਰਮ ਵਾਲਾ ਕਹਿੰਦੇ ਨਾ ਉਹ ਜਦੋਂ ਪਾਉਣ ਲੱਗਾ ਗਲ ਦੇ ਵਿੱਚ ਹਾਰ ਜਾ ਤੇ ਲੁੜਕ ਗਿਆ ਕਰਕੇ ਉਹ ਕਹਿੰਦੇ ਵੀ ਕੀ ਗੱਲ ਹੋ ਗਈ ਮੁੰਡੇ ਨੂੰ ਦੰਦੜ ਪੈ ਗਈ ਮੁੰਡੇ ਨੂੰ ਕਸ਼ੀ ਪੈ ਗਈ ਬਾਅਦ ਚ ਪਤਾ ਲੱਗਾ ਵੀ ਇਹ ਤਾਂ ਪਾਣੀ ਬੋਤਲ ਢੱਕਰ ਕੇ ਆਇਆ ਉਹ ਤੋਂ ਪਾਇਆ ਲੈ ਚ ਗਿਆ ਖਾ ਗਿਆ ਵੀ ਮੇਰੇ ਚ ਮੁਸ਼ਕਲ ਨਾ ਆਵੇ ਸੋ ਇਦਾਂ ਦੇ ਵੀ ਲੋਕ ਹੈਗੇ ਆ ਜਿਹੜੇ ਸੋਚਦੇ ਹੀ ਨਹੀਂ ਵੀ ਅਸੀਂ ਕਿੱਥੇ ਚੱਲੇ ਆ ਲੋਕਾਂ ਨੂੰ ਇੱਜ਼ਤ ਦੀ ਮਾਨ ਸਨਮਾਨ ਦਾ ਭੋਰਾ ਪ੍ਰਵਾਹ ਨਹੀਂ ਮੁਫਤ ਦੇ ਵਿੱਚ ਮਿਲਦੀ ਹੋਵੇ ਡ ਘਾਰ ਜਾਣਗੇ ਟਫ ਲੈਣਗੇ ਜੀ दारू ਦੇ ਨਾਂ ਦੇ ਉੱਪਰ ਤਾਂ ਇਦਾਂ ਪਿਗਲਦੇ ਨੇ ਨਾ ਪੁੱਛੋ ਹੀ ਨਹੀਂ दारू ਨੇ ਅੱਗੇ ਦੇਸ਼ ਦਾ ਬੇੜਾ ਕਰ ਕਰ ਰੱਖਿਆ ਅਰਥ ਵਿਵਸਾਚ ਵੀ ਤੇ ਤੁਸੀਂ ਇਹ ਵੇਖੋ ਵੀ ਜਦੋਂ ਅਸੀਂ दारू ਪੀ ਪੀ ਸਰਕਾਰਾਂ ਨੂੰ ਵੋਟਾਂ ਪਾਉਂਦੇ ਆ ਤਾਂ ਮੁੜ ਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੋਟ ਪੈ ਕਿੱਥੇ ਗਈ ਆ ਪਾਉਣੀ ਕਿੱਥੇ ਸੀ ਉਹਦੇ ਕਰਕੇ ਵੈਸੇ ਆਮ ਲੋਕ ਜਿਹੜੇ ਉਹ ਪਰੇਸ਼ਾਨ ਰਹਿੰਦੇ ਨੇ ਇਹ दारू ਨੇ ਤਾਂ ਸੱਚੀ ਸਾਡਾ ਬਹੁਤ ਨੁਕਸਾਨ ਕੀਤਾ ਹੈ ਸਾਡਾ ਨੁਕਸਾਨ ਕੀਤਾ ਪਰ ਪੰਜਾਬ ਦੀ ਸਰਕਾਰ ਦਾ ਫਾਇਦਾ ਕੀਤਾ ਇਹ ਵੀ ਮੰਨਿਆ ਕਰੋ ਜੀ ਬਿਲਕੁਲ ਸਹੀ ਕਿਉਂਕਿ ਸਰਕਾਰ ਤਾਂ ਚਾਹੁੰਦੀ ਹੈ ਵੀ ਹੋਰ ਪੀਓ ਹੂੰ ਵੱਧ ਤੋਂ ਵੱਧ ਪੀਓ ਪੰਜਾਬ ਨੂੰ ਬਚਾਓ ਜੀ ਬਿਲਕੁਲ ਪੰਜਾਬ ਨਹੀਂ ਤਾਂ ਰੁਕ ਜਾਣਾ ਜੇ ਕਰਦਾਰੂ ਨਾ ਪੀਤੀ ਤਾਂ ਨਾਲੇ ਇਹਦੇ ਫਾਇਦੇ ਬਹੁਤ ਨੇ ਨਾ ਜੇ ਲੋਕਦਾਰੂ ਪੀਣਗੇ ਤਾਂ ਇੱਕ ਤਾਂ ਮੰਨ ਲਿਆ ਚਲੋ ਵਧਣਾ ਹੀ ਵਧਣਾ ਉਸ ਤੋਂ ਬਾਅਦ ਨਸ਼ੇ 'ਚ ਰਹਿਣਗੇ ਪਤਾ ਹੀ ਨਹੀਂ ਲੱਗੂ ਕੀ ਚੱਲੀ ਜਾ ਰਿਹਾ ਹੈ ਕਿਹੜਾ ਕਪਲਾ ਹੋ ਗਿਆ ਕੌਣ ਭੱਜ ਗਿਆ ਕੌਣ ਨੱਠ ਗਿਆ ਕੌਣ ਆ ਗਿਆ ਕੌਣ ਚਲਾ ਗਿਆ ਕੁਝ ਨਹੀਂ ਪਤਾ ਲੱਗਣਾ ਮੈਂ ਤੁਹਾਨੂੰ ਦੱਸਦਾ ਵੀ ਇੱਕ ਦਿਨ ਨਾ ਮੈਂ ਸੈਰ ਤੇ ਜਾਵਾਂ ਸਵੇਰੇ ਸਵੇਰੇ ਜੀ ਤੇ ਰਾਹ ਦੇ ਵਿੱਚ ਨਾ ਆਪਣੇ ਭੰਗ ਦੇ ਬੂਟੇ ਤਾਂ ਆਮ ਹੀ ਖੜੇ ਹੁੰਦੇ ਸੜਕ ਦੇ ਫੁੱਟਪਾਥ ਤੇ ਇਧਰ ਵੀ ਬਹੁਤ ਵੱਡੇ ਵੱਡੇ ਇਧਰ ਵੀ ਜੀ ਇੱਕ ਜਣਾ ਭੰਗ ਦੇ ਬੂਟਿਆਂ ਦੇ ਵਿੱਚ ਵੜਿਆ ਵਿਆ ਉਹ ਐਂ ਕਰੀ ਜਾ ਵਿਆ ਅੱਛਾ ਮੈਂ ਕਿਹਾ ਵੀ ਆ ਕੀ ਕਰੀ ਜਾਂਦਾ ਤੇ ਮੈਂ ਕਿਹਾ ਹਾਂ ਕਿਵੇਂ ਕਰਦਾ ਇੱਕ ਇਸੀ ਦੋ ਛੱਡਣੀਆਂ ਸੀ ਬਈ ਗੱਲ ਠੱਪ ਕਰ ਦੇ ਉਹਦਾ ਕਹਿਣ ਦਾ ਭਾਵੇਂ ਸੀ ਖਤਮ ਕਰ ਵੀ ਤੂੰ ਕੀ ਲੈਣਾ ਸ਼ਾਇਦ ਉਹ ਐਂ ਕਹਿਣਾ ਚਾਹਦਾ ਹੋਵੇ ਮਨ ਚ ਗੱਲ ਵੀ ਕੱਢੀ ਹੋਵੇ ਮੈਨੂੰ ਪਰ ਉਹ ਮੈਨੂੰ ਐ ਰੋਕੇ ਮੈਂ ਕਿਹਾ ਵੀ ਤੂੰ ਨਾ ਰੁਕੀ ਮੈਂ ਤਾਂ ਰੁਕ ਜੰਨਾ ਅੱਛਾ ਜੀ ਬੱਸ ਕਹਿਣਾ ਹੀ ਆ ਨਹੀਂ ਪਰ ਟਾਣਾ ਸਾਹਿਬ ਬਹੁਤ ਬੁਰਾ ਹਾਲ ਐ ਇਹ ਭੰਗ ਤਾਂ ਆਮ ਹੀ ਜਿੱਥੇ ਉਗਦੀ ਤੁਸੀਂ ਵੇਖੋ ਉੱਥੇ ਕੋਈ ਨਾ ਕੋਈ ਤੁਹਾਨੂੰ ਖੜਾ ਮੇਲ ਹੀ ਜਾਊਗਾ ਕੋਈ ਨਾ ਕੋਈ ਆਕੋਸ਼ ਕਰਦਾ ਲੱਭ ਹੀ ਜਾਊਗਾ ਤੁਹਾਨੂੰ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਪੰਜਾਬ ਚ ਬਿਲਕੁਲ ਸਰਬੰਨੇ ਇੱਕ ਕਮਾਲ ਦੀ ਖਬਰ ਆਈ ਆ ਪਰ ਮੇਰੀ ਤੁਹਾਨੂੰ ਬੇਨਤੀ ਆ ਵੀ ਜਦੋਂ ਨਾ ਪਤੰਗ ਬਾਜ਼ੀ ਦੇ ਮੁਕਾਬਲੇ ਹੁੰਦੇ ਥੋਡੇ ਵੀ ਪਿੰਡ ਚ ਕਈ ਪਤੰਗ ਉਡਾਉਂਦੇ ਹੋਣਗੇ ਕਿੱਥੇ ਉਡਾਉਂਦੇ ਟਾਣਾ ਸਰ ਪਰ ਬਹੁਤਾ ਵੱਡਾ ਪਤੰਗ ਹਮ ਆਪਦੇ ਨੇੜੇ ਦੀ ਉਡਣ ਦੇਣਾ ਕਿਉਂ ਥੋੜਾ ਕੋਈ ਪਤਾ ਨਹੀਂ ਵੀ ਤੁਸੀਂ ਨਾਲ ਹੀ ਉੱਡ ਜੋਂ ਕੀ ਕਹਿ ਰਹੇ ਹੋ ਵੱਡਾ ਪਤੰਗ ਮੈਂ ਕਹਿੰਦਾ ਪੂਰੇ ਪਿੰਡ ਜੱਡਾ ਚਾਹੀਦਾ ਥੋੜੋ ਉਡਾਉਣ ਦੇ ਲਈ ਪੈਰਾਸ਼ੂਟ ਵਰਗਾ ਹੋਣਾ ਚਾਹੀਦਾ ਤੁਸੀਂ ਮੈਨੂੰ ਉਡਾਉਣਾ ਹੀ ਕਿਉਂ ਚਾਹੁੰਦੇ ਆ ਵੈਸੇ ਕਈ ਵਾਰੀ ਬਦਦਰ ਬੰਨਦੀ ਕਰਦਾ ਆ ਹੁੰਦੇ ਨੇ ਜਿਹੜੇ ਸ਼ੁਭਚਿੰਤਾ ਕਰ ਵੀ ਇਹ ਚਾਹੁੰਦੇ ਵੀ ਮੈਂ ਉੜੀ ਜਾਵਾਂ ਜੇ ਮੈਂ ਤੁਹਾਨੂੰ ਖਬਰ ਦਸੀ ਨਾ ਜੇ ਮੈਂ ਤੁਹਾਨੂੰ ਖਬਰ ਦਸੀ ਤੁਸੀਂ ਕਹਿੰਦਾ ਮੈਂ ਮੁਫਤ ਦੇ ਵਿੱਚ ਅਸਮਾਨ ਦੇ ਵਿੱਚ ਉੱਡ ਉੱਡ ਕੇ ਸਾਰਾ ਕੁਝ ਵੇਖਣਾ ਨਹੀਂ ਮੈਂ ਨਹੀਂ ਮੈਂ ਧਰਤੀ ਤੇ ਕੀ ਕੁਝ ਚੱਲ ਰਿਹਾ ਮੈਂ ਬਿਲਕੁਲ ਨਹੀਂ ਵੇਖਣਾ ਚਾਹੁੰਦੀ ਮੈਂ ਧਰਤੀ ਤੇ ਰਹਿ ਗਈ ਸਾਰਾ ਕੁਝ ਤਾਂ ਇਹੀ ਬਾਂਦ ਦੇ ਵਿੱਚ ਇੱਕ ਸਿੰਚੋ ਸ਼ਹਿਰ ਆ ਹਾਂਜੀ ਇੱਥੇ 3 ਸਾਲ ਦੀ ਇੱਕ ਬੱਚੀ ਪਤੰਗ ਨਾਲ ਉੱਡ ਗਈ ਹੈਂ ਹਾਂਜੀ ਉੱਥੇ ਪਤੰਗਬਾਜ਼ੀ ਦੇ ਮੁਕਾਬਲੇ ਹੁੰਦੇ ਆ ਪਤੰਗ ਤਾਂ ਇੱਕ ਤਾਂ ਪਤੰਗ ਆ ਜਿਹੜੇ ਹਾਥੀ ਜਿਹੜੇ ਲਈ ਫਿਰਦੇ ਆ ਸਹੀ ਗੱਲ ਐ ਇੱਕ ਤਾਂ ਹੁੰਦੇ ਨਾ ਐਡੇ ਐਡੇ ਉਹ ਹੋਰ ਹੀ ਪੂਛਾਂ ਜਿਹਾਂ ਵਾਲੇ ਆ ਜੋ ਝੱਲਰਜੀ ਵਾਲੇ ਜਿਹੜੇ ਪਤੰਗ ਲਈ ਫਿਰਦੇ ਆ ਕਿੱਦਾਂ ਦੇ ਐ ਜੀ ਐਂ ਜੁੜਦੀ ਉਹ ਜੀ ਹਾਂ ਲਓ ਜੀ ਉਹ ਆਇਆ ਟੁੱਟ ਕੇ ਤੜਕੇ ਮਾਰੀ ਜਾਂਦੇ ਤੇ ਇੱਕ ਕੁੜੀ ਨੇ ਮੜਾ ਜਾ ਪੂਛ ਜੀ ਫੜ ਲਈ ਅੱਛਾ ਜੀ ਲਓ ਜੀ ਹਵਾ ਦਾ ਸਿਗਾ ਵਹਾ ਤੇਜ਼ 50 60 ਕਿਲੋਮੀਟਰ ਦੀ ਰਫਤਾਰ ਤੇ ਸੀਗੀ ਹਵਾ ਹਾਂਜੀ ਲਓ ਜੀ ਕੁੜੀ ਛੂਂ ਕਰਕੇ ਤਾਂ ਨੂੰ ਚੜ ਗਈ ਹਾਏ ਫਿਰ 100 ਫੁੱਟ ਤੱਕ ਗਈ ਐ ਕੁੜੀ 100 ਫੁੱਟ ਤੱਕ ਹੈ ਤੇ ਉਹ ਘਟੋ ਘਟ ਪੌਣਾ ਮਿੰਟ ਜਿਹੜਾ ਉਹ ਹਵਾ ਦੇ ਵਿੱਚ ਉੱਡਦੀ ਫਰੀ ਆ ਉਸ ਤੋਂ ਬਾਅਦ ਹਵਾ ਦਾ ਕਹਿੰਦੇ ਵੀ ਉੱਤੇ ਪੰਦਰ ਪੰਦਰ ਘਟਿਆ ਹਾਂਜੀ ਪੜੂਂ ਕਰਕੇ ਕੁੜੀ ਥੱਲੇ ਵੱਜੀ ਆ 60 ਤਾਂ ਨਹੀਂ ਲੱਗੀ ਸੱਤ ਲੱਗੀ ਆ ਉਹਨੂੰ ਮਾੜੀ ਮੋਟੀ ਦਵਾਈ ਬੂਟੀ ਦਵਾਈ ਆ ਮੈਂ ਇਸੇ ਕਰਕੇ ਕਹਿ ਰਿਹਾ ਵੀ ਉਸ ਕੁੜੀ ਨੂੰ ਤਾਂ ਉਡਾ ਕੇ ਲੈ ਗਿਆ ਐਡਾ ਕ ਪਤੰਗ ਹੂੰ ਹੂੰ ਕਰਦਾ ਤੁਹਾਡੇ ਲਈ ਪੂਰੇ ਪਿੰਡ ਜੱਡਾ ਚਾਹੀਦਾ ਤੁਸੀਂ ਫਿਰ ਪੜੂਂ ਕਰਕੇ ਤਾਂ ਨੂੰ ਜਾਓਗੇ ਕਿਉਂ ਉਡਾਉਣਾ ਚਾਹੁੰਦੇ ਵੈਸੇ ਗੱਲ ਕਰਦਾ ਤੁਹਾਡੀ ਮਨਸ਼ਾ ਕੀ ਆ ਕੁਛ ਨਹੀਂ ਕੀ ਚਾਹੁੰਦੇ ਜ਼ਿੰਦਗੀ ਦੀ ਵੀ ਇਕੱਲੇ ਚਾਹੀਦਾ ਵਿਚਾਰ ਕਰਨਾ ਤੁਸੀਂ ਨਹੀਂ ਨਹੀਂ ਮੈਨੂੰ ਉਡਾ ਕੇ ਚਾਹੀਦਾ ਵਿਚਾਰ ਕਰਨਾ ਮੈਂ ਚਾਹੁੰਦਾ ਵੀ

ਹਾਂ ਸੋ ਆਪਾਂ ਹੁਣ ਚਲੀਏ ਨਹੀਂ ਆਪਾਂ ਨਾ ਜਾਣਾ ਤਾਂ ਹੈਗਾ ਜੀ ਕੋਈ ਇੱਕ ਅੱਧੀ ਗੱਲ ਹੋਰ ਕਰ ਲਓ ਆਏ ਹਾਏ ਤੁਸੀਂ ਤਾਂ ਐਂ ਬੈਠੇ ਜਿੱਦਾਂ ਆਪਾਂ ਵੇਲੇ ਹੀ ਆ ਤੇ ਉਹ ਵੀ ਵੇਲੇ ਹੀ ਆ ਕੋਈ ਨਹੀਂ ਬੈਠੇ ਗੱਲਾਂ ਕਰੀ ਚੱਲੋ ਤੇ ਉਹ ਸੁਣੀ ਜਾਣਗੇ ਤੁਸੀਂ ਮੰਨਦੇ ਕਿਉਂ ਨਹੀਂ ਗਏ ਮੰਨ ਲੈ ਨਹੀਂ ਡਾਣਾ ਸਾਹਿਬ ਸੁਣਾਓ ਗੱਲ ਕੋਈ ਫਿਰ ਬਹੁਤ ਸਾਰੇ ਦਰਸ਼ਕ ਇਹ ਗੱਲ ਕਹਿੰਦੇ ਆ ਵੀ ਵੱਧ ਸਮਾਂ ਆਇਆ ਕਰੋ ਅੱਛਾ ਜੀ ਤੇ ਮੈਂ ਉਹਨਾਂ ਨੂੰ ਕਹਿ ਜੀ ਕਿ ਸਮਾਂ ਘੱਟ ਇਸ ਕਰਕੇ ਅਸੀਂ ਬੋਲਦੇ ਆ ਕਿਉਂਕਿ ਮੈਨੂੰ ਹਰਮਨ ਜੀ ਬੋਲਣ ਨਹੀਂ ਦਿੰਦੇਗੇ ਇਹਦਾ ਨਿਪਟਾਰਾ ਜ਼ਰੂਰ ਕਰਿਓ ਅੱਜ ਚਲ ਇਹ ਵੀ ਆਪਾਂ ਪਰਿਵਾਰਕ ਜੀਅਾਂ ਤੇ ਛੱਡ ਦਿੰਨੇ ਆ ਵੀ ਟਹਿਣਾ ਸਾਹਿਬ ਦਾ ਇਹ ਹੁਲਾਮੇ ਮੇਰੇ ਤੇ ਵੀ ਮੈਂ ਉਹਨਾਂ ਨੂੰ ਹਲੇ ਬੋਲਣ ਨਹੀਂ ਦਿੰਦੀ ਇਹ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਹੈ ਵੀ ਕੌਣ ਇੱਥੇ ਸੱਚਾ ਤੇ ਕੌਣ ਝੂਠਾ ਹੈ ਕੌਣ ਕਿੰਨੂੰ ਨਹੀਂ ਬੋਲਣ ਦਿੰਦਾ ਠੀਕ ਹੈ ਜੀ ਤੇ ਮੈਂ ਜ਼ਰੂਰ ਆਹ ਵਾਲੀ ਪ੍ਰਥਾ ਕਰਿਆ ਤਾਂ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਵੀ ਕਿਦਿਆਂ ਵੋਟਾਂ ਬੰਨ੍ਹ ਕੇ ਤੇ ਬੇਨਤੀ ਆ ਵੀ ਮੈਂ ਬਹੁਤ ਗਰੀਬ ਘਰ ਦੇ ਵਿੱਚੋਂ ਉੱਠਿਆ ਤੇ ਮੇਰੇ ਹੱਕ ਦੀ ਗੱਲ ਕਰਿਓ ਨਹੀਂ ਮੇਰੀ ਵੀ ਰਿਸ਼ਤਦਾਰੀ ਕੋਈ ਅੰਬਾਨੀਆਂ ਨਾਲ ਹੈ ਨਹੀਂ ਹੈ ਲੋਕ ਮਤਲਬ ਮੈਂ ਵੀ ਕੋਈ ਵੀ ਟਾਣਾ ਸਾਹਿਬ ਐਦਾਂ ਕਰੋੜਾ ਦੇ ਵਿੱਚ ਨਹੀਂ ਜੰਮੀ ਪਲੀ ਗਰੀਬ ਘਰੋਂ ਮੈਂ ਵੀ ਆ ਜੀ ਤੇ ਹੱਕ ਸੱਚ ਦੀ ਗੱਲ ਕਰਨੀ ਆ ਤੁਸੀਂ ਹਮੇਸ਼ਾ ਸੱਚ ਦੇ ਨਾਲ ਖੜਨਾ ਤੇ ਦੱਸ ਦੇਣਾ ਵੀ ਕੌਣ ਕਿਹਨੂੰ ਨਹੀਂ ਬੋਲਣ ਦਿੰਦਾ ਕੌਣ ਘੱਟ ਬੋਲਦਾ ਤੇ ਕੌਣ ਵੱਧ ਬੋਲਦਾ ਆਪਾਂ ਪਰਿਵਾਰਕ ਜੀਆਂ ਤੇ ਛੱਡ ਤੇ ਠੀਕ ਹੈ ਭਾਈ ਠੀਕ ਹੈ ਚਲਿਏ ਹੁਣ ਹਾਂਜੀ ਕੱਲ ਨੂੰ ਨਿਪਟਾਰਾ ਹੋਊਗਾ ਤੇ ਅਸੀਂ ਚਲਦੇ ਹਾਂ ਜੀ ਤੁਹਾਡੇ ਸਨੇਹਾਂ ਦੀ ਤੁਹਾਡੀ ਪ੍ਰਤੀਕਿਰਿਆ ਦੀ ਉਡੀਕ ਰਹੇਗੀ ਫਿਲਹਾਲ ਦਵੰਨ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ